ਬੀ ਸੋਸ਼ਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰੁਪਿੰਦਰ ਸੰਧੂ ਤਹਿ ਦਿਲੋਂ ਸਵਾਗਤ ਕਰਦੀ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੇ ਇਸ ਬੇਹੱਦ ਖਾਸ ਪ੍ਰੋਗਰਾਮ ਦਸਤਕ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਡਾਕਟਰ ਸੁਰਜੀਤ ਪਾਤਰ। ਡਾਕਟਰ ਸੁਰਜੀਤ ਪਾਤਰ ਪੰਜਾਬੀ ਦੇ ਇੱਕ ਬੇਹੱਦ ਮਕਬੂਲ ਕਵੀ ਹੋਣ ਦੇ ਨਾਲ ਨਾਲ ਇੱਕ ਬੇਹੱਦ ਸੰਜੀਦਾ ਸ਼ਖਸੀਅਤ ਦੇ ਤੌਰ 'ਤੇ ਜਾਣੇ ਜਾਂਦੇ ਨੇ। ਡਾਕਟਰ ਸੁਰਜੀਤ ਪਾਤਰ ਹੁਣਾਂ ਦਾ ਜਨਮ ਸੰਨ 1945 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ। ਇਸੇ ਪਿੰਡ ਦੇ ਨਾਂ ਨੂੰ ਬਾਅਦ ਵਿੱਚ ਉਹਨਾਂ ਨੇ ਤਖੱਲਸ ਦੇ ਤੌਰ 'ਤੇ ਆਪਣੇ ਨਾਲ ਪਾਤਰ ਬਣਾ ਕੇ ਜੋੜਿਆ। ਡਾਕਟਰ ਸੁਰਜੀਤ ਪਾਤਰ ਹੁਣਾਂ ਦੀਆਂ ਜੇਕਰ ਕਵਿਤਾਵਾਂ ਅਤੇ ਗਜ਼ਲਾਂ ਦਾ ਜ਼ਿਕਰ ਕਰਾਂ ਤਾਂ ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਲੋਕਾਂ ਦੇ ਦਿਲਾਂ ਵਿੱਚ ਲੋਕ ਕਥਾਵਾਂ ਬਣ ਕੇ ਵਸ ਗਈਆਂ ਨੇ। ਆਪਣੀ ਮੁੱਢਲੀ ਪੜ੍ਹਾਈ ਕਰਨ ਉਪਰੰਤ ਉਹਨਾਂ ਨੇ MA ਪੰਜਾਬੀ ਦੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਾਖਲਾ ਲਿਆ, ਜਿੱਥੇ ਬਹੁਤ ਸਾਰੇ ਸਾਹਿਤਕਾਰਾਂ ਦਾ ਸੰਗ ਮਾਣਦਿਆਂ ਹੋਇਆਂ ਉਹਨਾਂ ਦੇ ਦਿਲ ਵਿੱਚ ਸਾਹਿਤ ਪ੍ਰਤੀ ਇੱਕ ਖਿੱਚ ਪੈਦਾ ਹੋ ਗਈ। ਉਹਨਾਂ ਦੇ ਅਧਿਆਪਕਾਂ ਦੇ ਵਿੱਚ ਜੇਕਰ ਜ਼ਿਕਰ ਕਰਾਂ ਤਾਂ ਉਹਨਾਂ ਦੇ ਉੱਪਰ ਡਾਕਟਰ ਦਲੀਪ ਕੌਰ ਟਿਵਾਣਾ ਹੋਣ ਦਾ ਵਿਸ਼ੇਸ਼ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪਣੀ PhD ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਅਤੇ PhD ਕਰਨ ਉਪਰੰਤ ਉਹ ਅਧਿਆਪਕ ਦੇ ਕਿੱਤੇ ਨਾਲ ਜੁੜ ਗਏ। ਇਸੇ ਕਿੱਤੇ ਨਾਲ ਜੁੜੇ ਹੋਏ ਉਹਨਾਂ ਨੇ ਆਪਣਾ ਪੂਰਾ ਅਧਿਆਪਨ ਕਾਰਜਕਾਲ ਹੈ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਬਿਤਾਇਆ। 2012 ਦੇ ਵਿੱਚ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਅਤੇ 2017 ਅਗਸਤ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਉਹਨਾਂ ਨੂੰ ਕਲਾ ਪ੍ਰੀਸ਼ਦ ਚੇਅਰਮੈਨ ਦੇ ਅਹੁਦੇ 'ਤੇ ਨਿਵਾਜਿਆ ਗਿਆ। ਸਵਾਗਤ ਕਰਦੇ ਹਾਂ ਡਾਕਟਰ ਸੁਰਜੀਤ ਪਾਤਰ ਹੁਣਾਂ ਦਾ। ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਸਾਹਿਤਕ ਜੀਵਨ ਅਤੇ ਉਹਨਾਂ ਦੀ ਜ਼ਿੰਦਗੀ ਦੀਆਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਰੁਪਿੰਦਰ, ਤੁਹਾਡਾ ਵੀ, ਤੁਹਾਡੇ ਚੈਨਲ ਦਾ ਵੀ ਔਰ ਸੁਣਨ ਵਾਲਿਆਂ ਦਾ ਵੀ। ਸਰ, ਇਹ ਤਾਂ ਸਾਰੇ ਜਾਣਦੇ ਆ ਕਿ ਤੁਸੀਂ ਇੱਕ ਬੇਹੱਦ ਪੜ੍ਹੇ ਜਾਣ ਵਾਲੇ ਅਤੇ ਬੇਹੱਦ ਮਕਬੂਲ ਕਵੀ ਹੋ, ਹੈ ਨਾ। ਪਰ ਜਦੋਂ ਮੈਂ ਤੁਹਾਡੀ ਜ਼ਿੰਦਗੀ ਬਾਰੇ ਪੜ੍ਹ ਰਹੀ ਸੀ ਤਾਂ 1945 ਦੇ ਵਿੱਚ ਤੁਹਾਡਾ ਜਨਮ ਹੁੰਦਾ ਅਤੇ ਤਕਰੀਬਨ 1960 ਦੇ ਵਿੱਚ ਤੁਹਾਡੀਆਂ ਕਵਿਤਾਵਾਂ ਨੇ ਜਿਹੜੀਆਂ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ। ਜੇ ਗੱਲ ਕਰਾਂ ਤਾਂ 15 ਵਰਿਆਂ ਦੀ ਉਮਰ ਦੇ ਵਿੱਚ ਤੁਸੀਂ ਕਵਿਤਾਵਾਂ ਲਿਖਣ ਲੱਗ ਗਏ, ਇਹ ਕੀ ਵਿਸ਼ੇਸ਼ ਕੋਈ ਮਨ ਦੇ ਵਿੱਚ ਕਰੁੰਬਲਾਂ ਸੀ ਕਵਿਤਾ ਪ੍ਰਤੀ, ਜਾਂ ਫਿਰ ਕਿਸੇ ਖਾਸ ਕਵੀ ਨੂੰ ਪੜ੍ਹ ਕੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕਵਿਤਾ ਰਚਾਂ? ਇਸ ਤਰ੍ਹਾਂ ਰੁਪਿੰਦਰ, ਕਿ 15 ਸਾਲ ਦੀ ਉਮਰ 'ਚ ਤਾਂ ਮੈਂ ਅਜੇ ਸਮਝ ਲਓ ਕਿ ਕੋਸ਼ਿਸ਼ ਜੀ ਕਰ ਰਿਹਾ ਸੀਗਾ, ਸਮਝ ਲਓ ਮੈਂ ਕਦੀ ਕਹਿੰਦਾ ਕਿ ਮੈਂ ਖੂਹ ਪੁੱਟ ਰਿਹਾ ਸੀਗਾ ਜਿਹ 'ਚੋਂ ਅਜੇ ਪਾਣੀ ਨਹੀਂ ਆਇਆ ਸੀ। ਅਤੇ ਸੋ ਅਸਲ 'ਚ ਬਹੁਤ ਮੁੱਢਲੇ ਬਚਪਨ ਤੋਂ ਹੀ ਮੇਰੇ ਮਨ ਵਿੱਚ ਇਹ ਰਹੀ ਸੀ ਕਿ ਜਾਂ ਮੈਂ ਸੰਗੀਤਕਾਰ ਬਣਾ ਜਾਂ ਮੈਂ ਕਵੀ ਬਣਾ, ਯਾਨੀ ਇਹ ਕੁਦਰਤੀ ਸੀ। ਕੁਝ ਘਰ ਦਾ ਮਾਹੌਲ ਵੀ ਸੀ, ਮੇਰੇ ਪਿਤਾ ਜੀ ਵੀ ਗੁਰਬਾਣੀ ਦੇ ਕੀਰਤਨ ਦੇ ਬਹੁਤ ਰਸੀਏ ਵੀ ਸੀ ਔਰ ਖੁਦ ਵੀ ਉਹ ਬਹੁਤ ਅੱਛੀ ਤਰ੍ਹਾਂ ਇਹਨਾਂ ਹੁਨਰਾਂ ਦੇ ਸਮਝ ਲਓ ਕਿ ਜਾਣਕਾਰ ਸੀਗੇ। ਤੋ ਪਿੰਡ ਦਾ ਮਾਹੌਲ ਸੀ ਕਿ ਕਦੀ ਰਾਸਧਾਰੀਏ, ਕਦੀ ਗਮੰਤਰੀ ਜਿਹੜੇ ਚਿੱਟਿਆਂ ਸ਼ਮਲਿਆਂ ਵਾਲੇ, ਤੂੰਬੇ ਅਲਗੋਜ਼ਿਆਂ ਵਾਲੇ ਢਾਡੀ, ਕਦੀ ਗੁਰਦੁਆਰਾ ਸਾਹਿਬ ਵਿੱਚ ਕੀਰਤਨ, ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਖਿੱਚ ਪਾਉਂਦੀਆਂ ਸੀ। ਅਤੇ ਮੈਂ ਘਰਦਿਆਂ ਨੂੰ ਕਹਿਣਾ ਕਿ ਮੈਨੂੰ ਹਾਰਮੋਨੀਅਮ ਲੈ ਦਿਉ, ਮੈਨੂੰ ਬੈਂਜੋ ਲੈ ਦਿਉ, ਮੈਨੂੰ ਸਰੰਗੀ ਲੈ ਦਿਉ। ਤੋ ਉਹਨਾਂ ਖਿਰ ਕਿਹਾ ਥੋੜ੍ਹਾ ਜਿਹਾ ਵੱਡਾ ਹੋ ਜਾ ਤਾਂ ਫਿਰ ਤੈਨੂੰ ਇਹ ਚੀਜ਼ਾਂ ਲੈ ਦਾਂਗੇ। ਤੋ ਸੋ ਇਹੋ, ਫਿਰ ਮੈਂ ਜਦੋਂ ਕਾਲਜ ਵੀ ਗਿਆ ਤਾਂ ਮੈਂ ਕਿਹਾ ਮੈਂ ਮਿਊਜ਼ਿਕ ਦਾ ਮਜ਼ਮੂਨ ਲੈਣਾ, ਕਹਿੰਦੇ ਇਸ ਤੁਹਾਡੇ ਲਈ ਨਹੀਂ ਹੈਗਾ, ਇਹ ਕੁੜੀਆਂ ਵਾਸਤੇ ਮਜ਼ਮੂਨ ਆ, ਸਾਡੇ ਰਣਧੀਰ ਕੋਲ ਕਪੂਰਥਲਾ ਸੀ। ਲੇਕਿਨ ਇਹ ਮੇਰੇ ਮਨ 'ਚ ਇਹ ਸੀ ਕਿ ਮੈਂ ਜਾਂ ਮੈਂ ਸੰਗੀਤਕਾਰ ਬਣਾ ਜਾਂ ਕਵੀ ਬਣਾ। ਤੋ ਮੈਂ ਬਹੁਤ ਛੋਟੀ ਉਮਰ 'ਚ ਇੱਦਾਂ ਦੀਆਂ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਤੋ ਲੇਕਿਨ ਮੈਂ ਸਮਝਦਾ ਕਿ ਜਦੋਂ ਮੈਂ ਕਾਲਜ 'ਚ ਦਾਖਲ ਹੋਇਆ ਤਾਂ ਉਦੋਂ ਮੈਂ ਬਹੁਤ ਜ਼ਿਆਦਾ ਕਵਿਤਾਵਾਂ ਦੀਆਂ ਪੁਸਤਕਾਂ ਪੜ੍ਹੀਆਂ, ਜਿਹੜੀ ਮੈਂ ਇੱਕ ਕਿਤਾਬ ਲੈ ਜਾਣੀ ਦੂਸਰੀ ਮੁੜ ਕੇ ਦੂਸਰੀ ਕਿਤਾਬ, ਕਿ ਮੈਨੂੰ ਜਿਵੇਂ ਕਵਿਤਾ ਦੀ ਪਿਆਸ ਲੱਗੀ ਹੋਈ ਸੀ। ਤੋ ਲਿਖਦਾ ਵੀ ਸੀ ਮੈਂ, ਪਰ ਮੈਂ ਸਮਝਦਾ ਕਿ ਜਿਹੜੀ ਮੇਰੀ ਪਹਿਲ ਮੈਨੂੰ ਲੱਗਾ ਕਿ ਹਾਂ ਹੁਣ ਜਿਹੜਾ ਮੈਂ ਖੂਹ ਪੱਟ ਰਿਹਾ ਸੀ ਉਹਦੇ 'ਚ ਪਾਣੀ ਆ ਗਿਆ, ਉਦੋਂ ਮੈਂ 20-21 ਸਾਲ ਦਾ ਸੀਗਾ। ਅਤੇ ਲਿਖਿਆ ਬੇਸ਼ੱਕ ਮੈਂ ਪਹਿਲਾਂ ਵੀ ਸੀ, ਪਰ ਉਹ ਮੇਰੇ ਅਹਿਸਾਸ ਨਾਲ ਜੁੜਿਆ ਨਹੀਂ ਸੀਗਾ ਇੱਦਾਂ ਡੂੰਘਾ। ਪਰ ਉਹ ਜਿਹੜੀਆਂ ਪਹਿਲੀਆਂ ਮੈਂ ਕਵਿਤਾਵਾਂ, ਜਿਹੜੀ ਮੈਂ ਇੱਕ ਗਾਇਕਾ ਕਵਿਤਾ ਸੀ, ਇੱਕ
ਸੀ ਕਿ ਵਿਫਲ ਸਾਧਨਾ, ਉਹ ਫਿਰ ਮੇਰੀਆਂ ਪ੍ਰੀਤੜੀ ਵਿੱਚ ਜਿਹੜੀਆਂ ਪਹਿਲੀਆਂ ਕਵਿਤਾਵਾਂ ਉਹ ਛਪੀਆਂ, ਅਤੇ ਉਹ 1964 ਦੀ ਗੱਲ ਹੈ। ਸੋ ਉਦੋਂ ਮੈਂ 19 ਸਾਲ ਦਾ ਸੀ, ਤੋ ਉਦੋਂ ਤੋਂ ਮੈਂ ਆਪਣਾ ਸਫ਼ਰ ਮੰਨਦਾ। ਅਤੇ ਕੋਈ ਖਾਸ ਇੱਦਾਂ ਦੀ ਘਟਨਾ ਨਹੀਂ ਸੀ, ਸਿਰਫ ਮੇਰਾ ਯਾਨੀ ਸਮਝ ਲਓ ਕਿ ਮੇਰੇ ਅੰਦਰਲੀ ਇੱਕ ਕਵਿਤਾ ਪ੍ਰਤੀ ਪਿਆਰ ਸੀ ਜਿਹਨੇ ਮੈਨੂੰ ਕਵੀ ਬਣਾ ਦਿੱਤਾ, ਜਾਂ ਕਵੀ ਬਣਨ ਪ੍ਰਤੀ ਮੇਰੀ ਇੱਕ ਰੀਝ ਸੀ ਜਿਹਦੇ 'ਚੋਂ ਮੈਂ ਕਵੀ ਬਣਿਆ। ਹਾਂਜੀ, ਤੁਸੀਂ ਅਕਸਰ ਜ਼ਿਕਰ ਕਰਦੇ ਹੋ ਕਿ ਤੁਸੀਂ ਸੰਗੀਤਕਾਰ ਬਣਨਾ ਚਾਹੁੰਦੇ ਸੀ, ਹੈ ਨਾ? ਤੁਹਾਡੇ ਹੀ ਪਰਿਵਾਰ ਦਾ ਹਿੱਸਾ ਦੀਦਾਰ ਸਿੰਘ ਹੁਣੀ, ਉਹ ਇੱਕ ਗਾਇਕ ਦੇ ਤੌਰ 'ਤੇ ਬਹੁਤ ਜ਼ਿਆਦਾ ਮਕਬੂਲ ਨੇ ਸਰ। ਐਵੇਂ ਨਹੀਂ ਲੱਗਦਾ ਕਦੀ ਕਦੀ ਕਿ ਜੇ ਜੋ ਮੈਨੂੰ ਇਸ ਕਵਿਤਾ ਨੇ ਮੁਕਾਮ ਦਿੱਤਾ, ਹੋ ਸਕਦਾ ਸੰਗੀਤਕਾਰੀ ਉਹ ਮੁਕਾਮ ਨਾ ਦੇ ਸਕਦੀ, ਪਰ ਰੀਸ ਤਾਂ ਹਾਲੇ ਵੀ ਹੋਊ ਮਨ 'ਚ? ਇਹ ਹੋਇਆ ਕਿ ਉਸ ਤੋਂ ਬਾਅਦ ਜਦੋਂ ਮੈਂ ਹੁਣ ਦੀਦਾਰ ਸਿੰਘ ਪਰਦੇਸੀ ਮੇਰੇ ਚਾਚਾ ਜੀ ਦੇ ਪੁੱਤਰ, ਫਿਰ ਮੇਰੇ ਜਾਣੀ ਛੋਟਾ ਬ੍ਰਦਰ ਉਪਕਾਰ ਸਿੰਘ, ਉਹ ਵੀ ਪਹਿਲਾਂ ਨਰੂਬੀ ਸੁਣ ਕੈਨੇਡਾ, ਉਹ ਵੀ ਬਹੁਤ ਮਿਊਜ਼ਿਕ ਬਹੁਤ ਸੋਹਣਾ ਗਾਉਂਦੇ ਆ। ਇਸ ਤਰ੍ਹਾਂ ਹੀ ਮਨਰਾਜ ਵੀ ਆ ਮੇਰਾ ਬੇਟਾ, ਉਹ ਵੀ ਸਨ। ਸੋ ਸਾਡੇ ਘਰ ਦਾ ਸੰਗੀਤ ਨਾਲ ਇੱਕ ਗਹਿਰਾ ਰਿਸ਼ਤਾ, ਸੋ ਮੇਰਾ ਵੀ ਉਹ ਰਿਸ਼ਤਾ ਕਾਇਮ ਰਿਹਾ ਕਿ ਮੈਂ ਸੰਗੀਤ ਸੁਣਿਆ, ਬਹੁਤ ਬਹੁਤ ਜ਼ਿਆਦਾ ਸੰਗੀਤ ਸੁਣਿਆ। ਤੋ ਮੇਰੀਆਂ ਕਵਿਤਾਵਾਂ 'ਚ ਵੀ ਸੰਗੀਤ ਦੇ ਬਹੁਤ ਹਵਾਲੇ ਆਉਂਦੇ ਆ, ਜਾਂ ਇੱਕ ਮੇਰੀ ਪੂਰੀ ਕਵਿਤਾ ਹੈ ਕਿ ਬਜੰਤਰੀ। ਸੋ ਮੈਂ ਸਮਝਦਾ ਕਿ ਸੰਗੀਤਕਾਰ, ਹੁਣ ਮੈਂ ਜਿੱਦਾਂ ਮੈਨੂੰ ਕਹਿੰਦਾ ਤੂੰ ਅਗਲੇ ਜਨਮ 'ਚ ਕੀ ਬਣਨਾ ਚਾਹੁੰਦਾ, ਮੈਂ ਕਿਹਾ ਮੈਂ ਸੰਗੀਤਕਾਰ ਬਣਨਾ ਚਾਹੁੰਦਾ। ਹਾਂਜੀ, ਤੋ ਸੋ ਸੰਗੀਤ ਮੇਰੀ ਰੀਝ ਹੈ। ਕਵਿਤਾ ਨੇ ਮੈਨੂੰ ਬਹੁਤ ਕੁਛ ਦਿੱਤਾ, ਕਵਿਤਾ ਦੇ ਰਾਹੀਂ ਮੈਂ ਸੰਗੀਤ ਨਾਲ ਵੀ ਜੁੜਿਆ, ਔਰ ਸੰਗੀਤ ਕਰਕੇ ਹੀ ਮੈਂ ਗਜ਼ਲ ਤੱਕ ਆਇਆ। ਕਿ ਸਾਡੇ ਵੇਲੇ ਗਜ਼ਲ ਨੂੰ ਬਹੁਤ ਹੀ ਚੰਗੀ ਸਿਨਫ ਨਹੀਂ ਸੀ, ਜਿਹੜੇ ਵਿਦਵਾਨ ਸੀਗੇ ਉਹ ਕਹਿੰਦੇ ਸੀ ਗਜ਼ਲ ਜਿਹੜੀ ਆ ਉਹ ਖੰਡਿਤ ਜਿਹਾ ਕਾਵਿ ਰੂਪ ਹੈ, ਕਿ ਇੱਕ ਸ਼ੇਰ ਇੱਧਰ ਨੂੰ ਜਾ ਰਿਹਾ, ਦੂਜਾ ਸ਼ੇਰ ਦੂਏ ਪਾਸੇ ਜਾ ਰਿਹਾ, ਪਰ ਸੰਗੀਤ ਦੇ ਪ੍ਰੇਮ ਨੇ ਮੈਨੂੰ ਗਜ਼ਲ ਨਾਲ ਜੋੜਿਆ। ਸਰ, ਤੁਸੀਂ ਗਜ਼ਲ ਅਤੇ ਕਵਿਤਾ ਦੀ ਗੱਲ ਕਰ ਰਹੇ ਹੋ, ਜੇ ਮੈਂ ਗੱਲ ਕਰਾਂ ਕਵਿਤਾ ਦੀ, ਤਾਂ ਕਵਿਤਾ ਦੇ ਵਿੱਚ ਪਾਸ਼ ਹੋਰਾਂ ਤੋਂ ਇਲਾਵਾ ਅਤੇ ਤੁਹਾਡੇ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਦੀ ਜਿਹੜੀ ਕਵਿਤਾ ਉਹ ਬਹੁਤ ਘੱਟ ਰਚੀ ਜਾਂਦੀ ਆ, ਅਕਸਰ ਹੀ ਜਿਹੜੀ ਕਵਿਤਾ ਉਹ ਹਾਲੇ ਤੱਕ ਵੀ ਇਸ਼ਕ ਅਤੇ ਖੁਦਾਈ ਤੱਕ ਹੀ ਉਹਦੇ ਆਲੇ ਦੁਆਲੇ ਘੁੰਮਦੀ ਆ, ਤੁਸੀਂ ਕੀ ਮੰਨਦੇ ਹੋ ਕਿ ਸਮਾਜਿਕ ਚੇਤਨਾ ਵਾਲੀ ਕਵਿਤਾ ਜਿਹੜੀ ਹਾਲੇ ਤੱਕ ਕਿਉਂ ਨਹੀਂ ਰਚੀ ਜਾ ਰਹੀ? ਕੋਈ ਡਰ ਮਨ ਦੇ ਵਿੱਚ ਕਵੀਆਂ ਦੇ, ਜਾਂ ਫਿਰ ਇਹ ਹੈ ਕਿ ਇੱਕ ਚੀਜ਼ ਆ ਜਿਹੜੀ ਲੋਕ ਉਹਨੂੰ ਲਗਾਤਾਰ ਪਸੰਦ ਕਰ ਰਹੇ ਨੇ ਅਤੇ ਹਰ ਕੋਈ ਉਸੇ ਲੀਹ ਦੇ ਉੱਤੇ ਤੁਰਿਆ ਜਾ ਰਿਹਾ? ਇਸ ਤਰ੍ਹਾਂ ਰੁਪਿੰਦਰ, ਮੈਂ ਸਮਝਦਾ ਕਿ ਜਿਹੜੀ ਕਵਿਤਾ ਤੁਹਾਡੀ ਸ਼ਖਸੀਅਤ ਦਾ ਹੀ ਪ੍ਰਗਟਾ ਹੁੰਦੀ ਹੈ। ਹਾਂਜੀ, ਕਿ ਕੋਈ ਜੇ ਕੋਸ਼ਿਸ਼ ਕਰਕੇ ਲਿਖਣਾ ਚਾਹੇ ਕਿ ਮੈਂ ਸਮਾਜਿਕ ਚੇਤਨਾ ਦੀ ਲਿਖਣੀ ਆ, ਉਹ ਸ਼ਾਇਦ ਇੱਕ ਸੁਭਾਵਿਕ ਕਵਿਤਾ ਨਾ ਬਣੇ। ਹਾਂਜੀ, ਕਿ ਕਵਿਤਾ ਬਹੁਤ ਹੀ ਯੋਜਨਾ ਬਣਾ ਕੇ ਨਹੀਂ ਲਿਖੀ ਜਾ ਸਕਦੀ, ਕਿ ਕਵਿਤਾ ਇੱਕ ਤਰ੍ਹਾਂ ਤੁਹਾਡਾ ਪ੍ਰਗਟਾ ਹੁੰਦੀ ਹੈ ਤੁਹਾਡੇ ਆਪੇ ਦਾ। ਸੋ ਇਹ ਸੀ ਕਿ ਬਹੁਤ ਸਾਰੇ ਕਵੀ, ਖੈਰ ਆਪਾਂ ਜਿੱਦਾਂ ਪਾਸ਼ ਹੋਣਾ ਤੋਂ, ਮੇਰੇ ਤੋਂ ਇਲਾਵਾ ਵੀ ਚਲੋ ਡਾਕਟਰ ਜਗਤਾਰ ਸੀਗੇ, ਮੀਸ਼ਾ ਜੀ ਜਿਨ੍ਹਾਂ ਨੇ, ਡਾਕਟਰ ਹਰਭਜਨ ਸਿੰਘ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ। ਪਰ ਸਾਡੇ ਸਮੇਂ 'ਚ ਕੀ ਹੋਇਆ ਕਿ ਜਦੋਂ ਸਾਡੇ ਸਮੇਂ ਜਦੋਂ ਸਾਡੀ ਯਾਨੀ ਚੜ੍ਹਦੀ ਉਮਰ ਕਹਿ ਲਓ, ਜਾਂ ਥੋੜ੍ਹੇ ਅਸੀਂ ਜ਼ਿੰਦਗੀ ਦੇ ਸੁਰਤ ਸੰਭਾਲ ਰਹੇ ਸੀ ਜਾਂ ਜਵਾਨ ਹੋ ਰਹੇ ਸੀ, ਤਾਂ ਉਸ ਵੇਲੇ ਜਿਹੜਾ ਇੱਕ ਤਾਂ ਜਿਹੜੀ ਨਕਸਲਵਾੜੀ ਮੂਵਮੈਂਟ ਦਾ ਬਹੁਤ ਨੌਜਵਾਨਾਂ 'ਤੇ ਅਸਰ ਸੀਗਾ, ਜਿਸ ਨੇ ਉਸ ਪੂਰੀ ਪੂਰੀ ਜਿਹੜੀ ਪੀੜ੍ਹੀ ਸੀ ਉਹਨੂੰ ਕਾਫੀ ਰਾਜਸੀ ਤੌਰ 'ਤੇ ਸੁਚੇਤ ਬਣਾਇਆ। ਕਿ ਬੇਸ਼ੱਕ ਉਹਨਾਂ ਨੂੰ ਸਹਿਮਤ ਸੀ ਜਾਂ ਨਹੀਂ ਸਹਿਮਤ ਸੀ, ਪਰ ਇੱਕੋ ਜਿਹੜਾ ਉਹਨਾਂ ਦਾ ਜਜ਼ਬਾ ਸੀ ਜਾਂ ਉਹਨਾਂ ਦਾ ਮਰਨ ਲਈ ਵੀ ਤਿਆਰ ਹੋਣ ਦਾ ਜਜ਼ਬਾ ਸੀ, ਉਹ ਸਾਰੇ ਕੁਛ ਨੇ ਉਸ ਪੀੜ੍ਹੀ ਨੂੰ ਮੈਂ ਸਮਝਦਾ ਕਿ ਬਹੁਤ ਸਾਰੀ ਰਾਜਸੀ ਚੇਤਨਾ ਦਿੱਤੀ। ਜਿੱਦਾਂ ਹੁਣ ਸਾਡੇ ਤੋਂ ਬਾਅਦ 'ਚ ਵਕਤਾਂ 'ਚ ਇਹਨਾਂ ਵਕਤਾਂ 'ਚ ਆ ਕੇ ਹੋਇਆ ਕਿ ਪੰਜਾਬ ਕਿ ਦੁਨੀਆ ਕੋਲ ਆਪਣੇ ਨਿੱਕੇ ਨਿੱਕੇ ਸੁਪਨੇ ਰਹਿ ਗਏ, ਘਰ ਹਰ ਬੰਦੇ ਕੋਲ ਆਪਣਾ ਨਿੱਜੀ ਸੁਪਨਾ ਇੱਕ ਕਿ ਮੇਰੇ ਬੱਚੇ ਸਥਾਪਿਤ ਹੋ ਜਾਣ, ਮੇਰਾ ਮੈਂ ਸਥਾਪਿਤ ਹੋ ਜਾਵਾਂ, ਲੇਕਿਨ ਜੋ ਇੱਕ ਸਾਂਝਾ ਸੁਪਨਾ ਸੀ ਉਹ ਖਤਮ ਹੋ ਗਿਆ। ਹੁਣ ਤੱਕ ਆਉਂਦਿਆਂ ਯਾਨੀ ਪੰਜਾਬ ਸਮੱਸਿਆ ਦੇ ਦੌਰ ਵੀ ਲੰਘਿਆ, ਔਰ ਉਹ ਤੋਂ ਬਾਅਦ ਰਾਜਨੀਤੀ ਵੀ ਇਹੋ ਜਿਹੀ ਆ ਗਈ ਕਿ ਰਾਜਨੀਤੀ ਵੀ ਬਹੁਤ ਖੋਟੀ ਕਿਸਮ ਦੀ ਰਾਜਨੀਤੀ ਰਹਿ ਗਈ। ਹਾਂਜੀ, ਸੋ ਜਿਹਦੇ ਕਰਕੇ ਇੱਕ ਜਿਹੜੀ ਸੀ ਨਾ ਕਿ ਇੱਕ ਸੁਪਨਾ ਸੀ ਪੂਰੇ ਸਮਾਜ ਲਈ ਜਾਂ ਪੂਰੇ ਪੰਜਾਬ ਲਈ ਜਾਂ ਪੂਰੇ ਭਾਰਤ ਲਈ, ਉਹ ਸੁਪਨਾ ਇੱਕ ਤਰ੍ਹਾਂ ਬਿਖਰ ਗਿਆ, ਔਰ ਉਹਦੇ 'ਚੋਂ ਬਹੁਤ ਫਿਰ ਜਿਹੜੀ ਨਿੱਜਤਾ ਦੀ ਕਵਿਤਾ
ਪੈਦਾ ਹੁੰਦੀ ਮੇਰੇ ਖਿਆਲ 'ਚ। ਸ਼ਾਇਦ ਅਸੀਂ ਆਪਣੇ ਆਪਣੇ ਸਰੋਕਾਰਾਂ ਤੱਕ ਨਿਬੜ ਗਏ, ਤਾਂ ਹੀ ਜੇ ਗੱਲ ਕਰੀਏ ਤਾਂ 84 ਵੇਲੇ ਜਾਂ ਪਿੱਛੇ ਜੇ ਵੀ ਪੰਜਾਬ ਨੇ ਜਿਹੜੀ ਨਸ਼ੇ ਦੀ ਇੰਨੀ ਜ਼ਿਆਦਾ ਮਾਰ ਝੱਲੀ ਆ, ਬਹੁਤ ਲੰਮਾ ਅਰਸਾ, ਉਹਦੇ ਉੱਤੇ ਕੋਈ ਵੀ ਕਲਮ ਆ ਜਿਹੜੀ ਬਗਾਵਤ ਕਰਦੀ ਨਜ਼ਰ ਨਹੀਂ ਆਈ। ਉਹ ਇਹ ਕਿ ਇੱਕ ਉਦਾਸੀ ਦੀ ਕਵਿਤਾ ਵੀ ਆ, ਨਿਰਾਸ਼ਾ ਦੀ ਕਵਿਤਾ ਵੀ ਆ। ਜੇ ਨੌਜਵਾਨਾਂ ਦਾ ਵੀ ਆਪਾਂ ਸੋਚੀਏ ਤਾਂ ਬਹੁਤ ਵੱਡੀ ਗੱਲ ਤਾਂ ਹੈ ਕਿ ਨੌਜਵਾਨ ਨੂੰ ਭਵਿੱਖ ਨਜ਼ਰ ਨਹੀਂ ਆ ਰਿਹਾ। ਜਦੋਂ ਭਵਿੱਖ ਨਾ ਨਜ਼ਰ ਆਵੇ ਫਿਰ ਬੰਦਾ ਇਸਕੇਪ ਲੱਭਦਾ, ਕਿਸੇ ਪਾਸੇ ਭਾਂਜ ਲੱਭਦਾ। ਤੋ ਮੈਂ ਕਵਿਤਾ ਲਿਖੀ ਸੀ ਕਿ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਨਾਹਾਂ ਕਰਨ, ਚਲੋ ਇੱਥੋਂ ਚੱਲੀਏ, ਕਰ ਕਰ ਪੁੱਤ ਕਹਿਣ ਛੱਡ ਬਾਪੂ, ਹੁਣ ਕੀ ਰੱਖਿਆ ਜ਼ਮੀਨ ਵਿੱਚ, ਵੇਚ ਕੇ ਸਿਆੜ ਚਾਰ, ਚੱਲ ਇੱਥੋਂ ਚੱਲੀਏ। ਮਤਲਬ ਇੱਕ ਇਹ ਕਿ ਜਿਹੜੇ ਨਸ਼ਾ ਵੀ ਉਹ ਵੀ ਇੱਕ ਤਰ੍ਹਾਂ ਇੱਥੋਂ ਜਾਣ ਦਾ ਪਲਾਇਨ ਹੀ ਆ ਕਿ ਬੰਦੇ ਜਿਹੜੇ ਹਕੀਕਤ ਨੂੰ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਉਹ ਨਸ਼ੇ ਵਿੱਚ ਪਨਾਹ ਲੈਂਦੇ ਆ, ਉਹ ਇੱਥੋਂ ਪਲਾਇਨ ਕਰਦੇ ਆ। ਹਾਂਜੀ, ਸੋ ਉਹੀ ਉਸ ਕਰਕੇ ਇੱਕ ਜਾਣੀ ਇਸ ਵੇਲੇ ਜਾਣੀ ਸਾਡਾ ਈਵਨ ਸੰਗੀਤ ਵੀ ਜਿਹੜਾ ਮੈਂ ਕਹਿੰਦਾ ਵੀ ਉਹ ਸੰਗੀਤ 'ਚ ਢੋਲ ਜਾਂ ਸਾਜ਼ ਇੰਨੇ ਉੱਚੇ ਆ ਕਿ ਅਸੀਂ ਆਪਣੇ ਆਪਣਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਜੋ ਸਾਡੇ ਅਸਲੀ ਦੁੱਖ ਨੇ ਉਹਨਾਂ ਨੂੰ ਅਸੀਂ ਗਾਉਂਦੇ ਹੀ ਨਹੀਂ, ਕਿ ਉਹਨਾਂ ਨੂੰ ਗਾਇਆ ਸਾਨੂੰ ਦੁੱਖ ਹੁੰਦਾ ਜਾਂ ਉਹਨਾਂ ਦੇ ਗਾਇਆ ਸਾਨੂੰ ਆਪਣੀ ਅਸਲੀਅਤ ਦਿਸਦੀ ਆ। ਸੋ ਇਹਨਾਂ ਦਿਨਾਂ 'ਚ ਪੰਜਾਬ ਇੱਕ ਤਰ੍ਹਾਂ ਆਪਣੀ ਅਸਲੀਅਤ ਤੋਂ ਵਿਛੜਿਆ ਹੋਇਆ ਜਾਂ ਆਪਣੇ ਆਪ ਤੋਂ ਵਿਛੜਿਆ ਹੋਇਆ ਪ੍ਰਤੀਤ ਹੋ ਰਿਹਾ। ਸਰ, 2017 ਦੇ ਵਿੱਚ ਤੁਹਾਨੂੰ ਪੰਜਾਬ ਸਰਕਾਰ ਨੇ ਅਹੁਦਾ ਨਿਵਾਜਿਆ ਹੈ, ਹੈ ਨਾ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਦੇ ਤੌਰ 'ਤੇ, ਪਰ ਤੁਸੀਂ ਬਹੁਤ ਲੰਮਾ ਸਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ, ਬਹੁਤ ਵੱਡੇ ਸਨਮਾਨ ਨੇ ਜਿਹੜੇ ਤੁਹਾਡੀ ਝੋਲੀ 'ਚ ਨੇ। ਤੁਹਾਡੇ ਤੋਂ ਪਹਿਲਾਂ ਜਦੋਂ ਸਤਿੰਦਰ ਸੱਤੀ ਹੁਣਾਂ ਨੂੰ ਇਸ ਅਹੁਦੇ ਦੇ ਉੱਤੇ ਅਪੁਆਇੰਟ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਨਾਰਾਜ਼ਗੀ ਰਹੀ ਕਿ ਉਹ ਇਹ ਅਹੁਦਾ ਜਿਹੜਾ ਨਹੀਂ ਡਿਜ਼ਰਵ ਕਰਦੇ। ਤੁਸੀਂ ਉਸ ਉਹਨਾਂ ਦੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਆਪਣੇ ਤੌਰ 'ਤੇ? ਚਲੋ, ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਡਿਜ਼ਰਵ ਕਰਦੇ। ਉਹ ਕੁਛ ਰਾਜਸੀ ਰਾਜਨੀਤੀ ਹੁੰਦੀ ਆ ਜਿਸ ਕਰਕੇ ਕੁਛ ਗੱਲਾਂ ਵਾਪਰਦੀਆਂ, ਤੋ ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਜਦੋਂ ਉਸ ਸਾਰੇ ਦੌਰਾਨ ਕਿ ਇਹ ਸੀ ਕਿ ਜਿਹੜੀ ਜਦੋਂ ਪੰਜਾਬ ਕਲਾ ਪ੍ਰੀਸ਼ਦ ਹੈ, ਇਹਦੇ ਪਹਿਲੇ ਪ੍ਰਧਾਨ MS ਰੰਧਾਵਾ ਸੀ ਜਿਹੜੇ ਉਹਨਾਂ ਦੇ ਕੈਲੀਬਰ ਦਾ ਸ਼ਖਸ ਸੀ, ਫਿਰ ਕਰਤਾਰ ਸਿੰਘ ਦੁੱਗਲ ਵੀ ਰਹੇ। ਅਤੇ ਜਦੋਂ ਬਹੁਤ ਰਾਜਨੀਤੀ ਭਾਰ ਹੋ ਜਾਂਦੀ ਹੈ ਫਿਰ ਹੁੰਦਾ ਕਈ ਵਾਰੀ ਕਿ ਉਹ ਤੋਂ ਪਹਿਲਾਂ ਵੀ ਕੁਛ ਇਹੋ ਜਿਹੇ ਜਿਸ ਤਰ੍ਹਾਂ ਹੋਇਆ ਜਿਹਨੂੰ ਅਸੀਂ ਕਹਿੰਦੇ ਵੀ ਰਾਜਸੀ ਤੌਰ 'ਤੇ ਫੈਸਲੇ ਕੀਤੇ ਗਏ। ਸੋ ਇਹ ਫੈਸਲੇ ਰਾਜਸੀ ਤੌਰ 'ਤੇ ਨਹੀਂ ਹੋਣੇ ਚਾਹੀਦੇ, ਮੇਰਾ ਖਿਆਲ ਹੈ ਕਿ ਰਾਜਸੀ ਤੌਰ 'ਤੇ ਮੇਰਾ ਵੀ ਉਹਦੇ ਪਿੱਛੇ ਤੁਹਾਡੀ ਭਾਵਨਾ ਇਹ ਹੋ ਕਿ ਅਸੀਂ ਸਾਹਿਤ ਜਾਂ ਸੱਭਿਆਚਾਰ ਦਾ ਇੱਕ ਬਹੁਤ ਵਧੀਆ ਕੋਈ ਚਿਹਰਾ ਲੈ ਕੇ ਆਉਣਾ। ਮੈਂ ਨਹੀਂ ਸਮਝਦਾ ਕਿ ਮੈਂ ਕੋਈ ਆਪਣੇ ਉਹਨੂੰ ਬਹੁਤ ਵਧੀਆ ਚਿਹਰਾ ਸਮਝਦਾ, ਨਾ ਮੈਂ ਸਤਿੰਦਰ ਬਾਰੇ ਕੋਈ ਇਹੋ ਜਿਹੀ ਟਿੱਪਣੀ ਕਰਨਾ ਚਾਹੁੰਦਾ। ਉਹ ਆਪਣੇ ਫੀਲਡ 'ਚ ਸਤਿੰਦਰ ਦਾ ਕੰਮ ਆ, ਉਹ ਆਪਣਾ ਰੋਲ ਅਦਾ ਕਰ। ਸਰ, ਤਕਰੀਬਨ 2.5 ਵਰੇ ਹੋ ਗਏ ਨੇ ਤੁਹਾਨੂੰ, ਹੈ ਨਾ, ਇਹ ਫਰਜ਼ ਜਿਹੜਾ ਇਹ ਨਿਭਾਉਂਦਿਆਂ ਹੋਇਆ। ਤੁਸੀਂ ਬਹੁਤ ਵਾਰ ਤੁਸੀਂ ਵੀ ਪੜ੍ਹਦੇ ਹੋਵੋਗੇ, ਤੁਹਾਨੂੰ ਤਾਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਵੇ। ਅਸੀਂ ਪੜ੍ਹਦੇ ਹਾਂ ਕਿ ਪੰਜਾਬ ਸਰਕਾਰ ਹੈ ਜਿਹੜੀ, ਉਹਨਾਂ ਨੇ ਬਹੁਤ ਸਾਰੀਆਂ ਕਲਾ ਪ੍ਰੀਸ਼ਦ ਦੀਆਂ ਗ੍ਰਾਂਟਾਂ ਵੀ ਬੰਦ ਕਰ ਦਿੱਤੀਆਂ ਨੇ, ਜਿਨ੍ਹਾਂ ਨਾਲ ਆਪਾਂ ਹੋਰ ਰਾਜਾਂ ਦੇ ਵਿੱਚ ਜਾ ਕੇ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਕਲਾ ਨੂੰ ਅੱਗੇ ਵਧਾਉਣ ਲਈ ਯਤਨ ਕਰਦੇ ਸੀ। ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਿਰਵਿੰਦਰ, ਕਲਾ ਪ੍ਰੀਸ਼ਦ ਦੀ ਨਹੀਂ ਗ੍ਰਾਂਟ, ਕੋਈ ਗ੍ਰਾਂਟ ਨਹੀਂ ਕੱਟੀ ਹੈ, ਪਰ ਮੈਨੂੰ ਪੜ੍ਹਨ 'ਚ ਮਿਲਿਆ ਅਖਬਾਰ। ਉਹ ਅਸੀਂ ਕਹਿੰਦੇ ਕਿ ਭਾਸ਼ਾ ਵਿਭਾਗ ਦਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਜੋ ਸਭ ਤੋਂ ਵੱਧ ਪਤਨ ਹੋਇਆ ਇਸ ਦੌਰਾਨ, ਉਹ ਭਾਸ਼ਾ ਵਿਭਾਗ ਦਾ ਹੋਇਆ। ਹਾਂਜੀ, ਕਿ ਭਾਸ਼ਾ ਵਿਭਾਗ ਦੇ ਕਿਸੇ ਵੇਲੇ ਜਾਣੀ ਜੀਤ ਸਿੰਘ ਸੀਤਲ, ਗਿਆਨੀ ਲਾਲ ਸਿੰਘ ਵਰਗੇ ਉਹਦੇ ਡਾਇਰੈਕਟਰ ਸੀ, ਬਹੁਤ ਜ਼ਿਆਦਾ ਕੰਮ ਕੀਤੇ। ਔਰ ਇਸ ਵੇਲੇ ਅਸੀਂ ਸਾਰੇ ਵੀ ਮਹਿਸੂਸ ਕਰਦੇ ਹਾਂ, ਅਸੀਂ ਜਾਣੀ ਗੱਲ ਲੈ ਕੇ ਵੀ ਆਉਂਦੇ ਹਾਂ ਸਰਕਾਰ ਕੋਲ ਵੀ ਕਿ ਭਾਸ਼ਾ ਵਿਭਾਗ ਨੂੰ ਦੁਬਾਰਾ ਉਹਨੂੰ ਸਥਾਪਿਤ ਕਰੋ, ਉਹਦਾ ਬਹੁਤ ਕੰਮ ਹੈ। ਸੋ ਭਾਸ਼ਾ ਵਿਭਾਗ ਦਾ ਵਾਕਈ ਇਸ ਇਹਨਾਂ ਸਾਲਾਂ 'ਚ ਭਾਸ਼ਾ ਵਿਭਾਗ ਨੂੰ ਅਣਗੌਲਿਆ ਕੀਤਾ ਗਿਆ, ਲੇਕਿਨ ਪੰਜਾਬ ਕਲਾ ਪ੍ਰੀਸ਼ਦ ਦਾ ਇੱਦਾਂ ਦੀ ਗੱਲ ਨਹੀਂ ਹੋਈ। ਹਾਂਜੀ ਸਰ, ਪਿੱਛੇ ਜਿਹੀ ਇੱਕ ਘਟਨਾ ਹੋਈ ਸੀ ਜਦੋਂ ਪੰਜਾਬੀ ਦਿਵਸ ਦੇ ਉੱਤੇ ਤੇਜਵੰਤ ਸਿੰਘ ਹੋਰਾਂ ਨਾਲ ਬਹੁਤ ਭੱਦਾ ਜਿਹੜਾ ਉਹਨਾਂ ਨਾਲ ਵਰਤਾਓ ਕੀਤਾ ਗਿਆ। ਉਸ ਤੋਂ ਬਾਅਦ ਗੁਰਦਾਸ ਮਾਨ ਹੋਣਾਂ ਦੀਆਂ ਕੁਛ ਕੁ ਗੱਲਾਂ ਨੂੰ ਲੈ ਕੇ ਮੀਡੀਆ 'ਚ ਬਹੁਤ ਜ਼ਿਆਦਾ ਵਿਵਾਦ ਉੱਠਿਆ, ਲੋਕਾਂ ਦੇ ਵਿੱਚ ਵੀ ਰੋਸ ਪਾਇਆ ਗਿਆ।
ਤੁਹਾਡੇ ਉੱਤੇ ਵੀ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਕਿ ਤੁਹਾਡੀ ਜਿਹੜੀ ਚੁੱਪੀ ਦਾ ਕਾਰਨ ਸੀ ਲੋਕਾਂ ਨੂੰ ਸਮਝ ਨਹੀਂ ਆਇਆ, ਜਿਹਦੇ ਵਿੱਚ ਜੇ ਮੈਂ ਜ਼ਿਕਰ ਕਰਾਂ ਤਾਂ ਲੱਖਾ ਸੁਧਾਣਾ ਹੋਣਾ ਨੇ ਵੀ ਤੁਹਾਡੇ 'ਤੇ ਬਹੁਤ ਸਾਰੇ ਸਵਾਲ ਉਠਾਏ ਸੀ, ਉਸ ਚੁੱਪੀ ਦਾ ਕੀ ਕਾਰਨ ਸੀ ਕਿ ਤੁਸੀਂ ਖੁੱਲ੍ਹ ਕੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਨਹੀਂ ਆ ਸਕੇ? ਨਹੀਂ, ਮੇਰੇ ਖਿਆਲ 'ਚ ਇੱਦਾਂ ਦੀ ਗੱਲ ਨਹੀਂ ਆ। ਮੈਂ ਜਿਸ ਤਰ੍ਹਾਂ ਜਿਹੜੀ ਗੱਲ ਸੀ ਭਾਸ਼ਾ ਵਿਭਾਗ ਦੀ ਤੇਜਵੰਤ ਮਾਨ ਹੋਣਾ ਦੀ, ਉਹਨਾਂ ਬਾਰੇ ਮੈਂ ਬਹੁਤ ਸਮਝ ਲਓ ਕਿ ਸਪਸ਼ਟਤਾ ਨਾਲ ਕਿਹਾ। ਔਰ ਮੈਂ ਫਿਰ ਗੁਰਦਾਸ ਮਾਨ ਹੋਣਾ ਜੋ ਕਿਹਾ, ਉਹਨਾਂ ਨੂੰ ਵੀ ਮੈਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਲਈ ਮਾਫ਼ੀ ਮੰਗਣੀ ਚਾਹੀਦੀ, ਇਸ ਗੱਲ ਲਈ ਵੀ, ਔਰ ਜਿਸ ਤਰ੍ਹਾਂ ਦਾ ਸਟੇਜ 'ਤੇ ਉਹਨਾਂ ਨੇ ਵਿਵਹਾਰ ਕੀਤਾ। ਇਹ ਮੇਰੀਆਂ ਜ਼ਰੂਰ ਯੂਟਿਊਬ 'ਤੇ ਚੀਜ਼ਾਂ ਪਈਆਂ ਹੋਣਗੀਆਂ। ਇਹ ਗੱਲ ਨਹੀਂ ਆ ਕਿ ਚੁੱਪੀ ਦੀ ਗੱਲ ਨਹੀਂ ਆ ਕੋਈ, ਮੇਰੀ ਜਾਣੀ ਭਾਸ਼ਾ ਬਾਰੇ ਪਤਾ ਨਹੀਂ ਕਿੰਨੀਆਂ ਕਵਿਤਾਵਾਂ ਨੇ, ਪਰ ਗੱਲ ਇਹ ਇਸ ਵੇਲੇ ਰੁਪਿੰਦਰ ਕਿ ਜਿੱਦਾਂ ਕਿਸੇ ਵੇਲੇ ਮਟਕਾ ਚੌਂਕ 'ਚ ਅਸੀਂ ਸਾਰੇ ਬੰਦੇ ਧਰਨਾ ਦਿੰਦੇ ਸੀ ਕਿ ਪੰਜਾਬੀ ਨੂੰ ਲਾਗੂ ਕੀਤਾ ਜਾਵੇ, ਪਰ ਸਾਡੇ ਵਿਚਕਾਰ ਕੋਈ ਮਾਪੇ ਨਹੀਂ ਸੀ ਆ ਕੇ ਬੈਠਦੇ, ਕਿ ਸਿਰਫ ਲੇਖਕ ਹੁੰਦੇ ਸੀ ਔਰ ਜਾਂ ਕੋਈ ਇੱਕ ਦੋ ਬੰਦੇ ਹੋਰ ਜਿਹੜੇ ਆਮ ਲੋਕ। ਲੇਕਿਨ ਇਹ ਸੀ ਕਿ ਮੈਨੂੰ ਲੱਗਦਾ ਕਿ ਇਹ ਸਾਡੀ ਸਾਰੀ ਗੱਲ 'ਚ ਲੋਕਾਂ ਦੀ ਚੇਤਨਾ ਨੂੰ ਬਦਲਣ ਦੀ ਬਹੁਤ ਜ਼ਰੂਰਤ ਹੈ। ਮਤਲਬ ਇੱਥੋਂ ਤੱਕ ਕਿ ਮਾਪਿਆਂ ਨੂੰ, ਮਾਪੇ ਖੁਦ ਚਾਹੁੰਦੇ ਆ ਕਿ ਸਾਡੇ ਬੱਚੇ ਅੰਗਰੇਜ਼ੀ ਪੜ੍ਹਨ, ਕਿ ਇੱਕ ਬਹੁਤ ਵੱਡੀ ਸਮਝ ਲਓ ਕਿ ਸਿਰਫ ਸਾਡੇ ਨਹੀਂ, ਤੁਸੀਂ ਚਲ ਜਾਓ ਮਹਾਰਾਸ਼ਟਰ 'ਚ, ਬੰਗਾਲ ਚਲ ਜਾਓ, ਹਰੇਕ ਮਾਤਾ ਪਿਤਾ ਦੇ ਮਨ 'ਚ ਇਹ ਆ ਕਿ ਇਹਨਾਂ ਨੂੰ ਮਾਂ ਬੋਲੀ ਆਪਣੇ ਆਪ ਆ ਜਾਣੀ ਆ, ਇਹਨਾਂ ਨੂੰ ਅੰਗਰੇਜ਼ੀ ਪੜ੍ਹਨ ਦਿਓ। ਔਰ ਪੰਜਾਬ 'ਚ ਖਾਸ ਕਰਕੇ ਇੱਕ ਇਸ ਤਰ੍ਹਾਂ ਦੀ ਧਾਰਨਾ, ਸੋ ਇਸੇ ਲਈ ਸਰਕਾਰ ਨੂੰ ਇਸ ਗੱਲ ਦੀ ਪਰਵਾਹ ਨਹੀਂ ਆ। ਜੇ ਇੱਕ ਲਹਿਰ ਬਣ ਸਕਦੀ ਜਿਹਦੇ ਵਿੱਚ ਮਾਪੇ ਵੀ ਸ਼ਾਮਿਲ ਹੁੰਦੇ ਤਾਂ ਫਿਰ ਸਰਕਾਰ ਨੂੰ ਫਿਕਰ ਹੋਣਾ ਸੀ, ਜਾਣੀ ਸਾਡੇ ਕਹਿਣ ਨਾਲ ਜਾਂ ਸਾਡੇ ਬੋਲਣ ਦਾ ਕੋਈ ਅਸਰ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਇੱਕ ਸਮੁੱਚਾ ਪੰਜਾਬ ਜਿਹੜਾ ਉਹ ਇਸ ਬੈਂਡ ਦੇ ਵਿੱਚ ਵਿਆਹ ਹੋਇਆ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਆ ਹੀ ਜਾਣੀ ਆਪਣੇ ਆਪ, ਇਹਨੂੰ ਅੰਗਰੇਜ਼ੀ ਪੜ੍ਹਾਈਏ। ਔਰ ਦੂਜੀ ਗੱਲ ਇਹ ਹੋਈ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਇੰਨੀ ਵੱਡੀ ਗਿਣਤੀ 'ਚ ਦੁਕਾਨਾਂ ਉਹ ਖੁੱਲ੍ਹ ਗਈਆਂ ਕਿ ਉਹਨਾਂ ਦੇ ਪਿੱਛੇ ਵੀ ਉਹ ਕੀ ਰਾਜ ਸੀ ਨੀਤੀ ਆ ਕਿ ਸਾਡੇ ਸਰਕਾਰੀ ਸਕੂਲਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਔਰ ਉਹ ਜਿਹੜੇ ਸਕੂਲ ਨੇ ਉਹ ਪ੍ਰਫੁੱਲਿਤ ਹੋ ਗਏ। ਸੋ ਇਸ ਪਿੱਛੇ ਜਾਣੀ ਅਸੀਂ ਸਭ ਅਸੀਂ ਮਹੀਨਾ ਕੁ ਪਹਿਲਾਂ ਅਸੀਂ ਸਾਰੇ ਇੱਥੇ ਇਕੱਤਰ ਹੋਏ, ਜਿਹ 'ਚ ਲੱਖਾ ਸੁਧਾਣਾ ਵੀ ਸ਼ਾਮਿਲ ਸੀ, ਤੇਜਵੰਤ ਮਾਨ ਵੀ ਸ਼ਾਮਿਲ ਸੀ ਔਰ ਸਾਰੀਆਂ ਸਭਾਵਾਂ ਦੇ ਲੋਕ ਇੱਥੇ ਸ਼ਾਮਿਲ ਸੀ ਕਿ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ। ਤੋ ਪਰ ਹੋਇਆ ਇਹ ਹੈ ਕਿ ਇਹਨਾਂ ਸਾਲਾਂ ਦੇ ਵਿੱਚ ਜਿਹੜੇ ਜਿੱਦਾਂ ਹੁਣ ਬੰਗਾਲੀ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਨ ਵਾਲੇ ਲੋਕ ਨੇ, ਉਹ ਜਾਂ ਸਮਝੋ ਮਲਿਆਲੀ ਲੋਕ ਨੇ, ਕਿ ਉਹਨਾਂ ਵੀ ਸਭ ਸਕੂਲਾਂ 'ਚ ਇੱਦਾਂ ਹੋ ਗਿਆ ਕਿ ਦੋਨੋਂ ਭਾਸ਼ਾਵਾਂ ਪਹਿਲੀ ਤੋਂ ਸ਼ੁਰੂ ਹੋ ਗਈਆਂ, ਕਿ ਬੇਸ਼ੱਕ ਇੱਕ ਉਹਨਾਂ ਦੀ ਇੱਕ ਅੰਗਰੇਜ਼ੀ ਇੱਕ ਮਾਤ ਭਾਸ਼ਾ। ਸੋ ਇੱਕ ਤਾਂ ਕਿ ਇਸ ਲੈਵਲ 'ਤੇ ਬਹੁਤ ਲੋਕਾਂ ਨੂੰ ਜਾਗਰਤ ਕਰਨ ਦੀ ਜ਼ਰੂਰਤ ਹੈ ਔਰ ਦੂਜਾ ਇਹ ਵੀ ਹੈ ਕਿ ਮੈਂ ਵੀ ਇਹ ਕਦੇ ਨਹੀਂ ਚਾਹੁੰਦਾ ਕਿ ਸਾਡੇ ਬੱਚਿਆਂ ਨੂੰ ਸਿਰਫ ਅਸੀਂ ਉਹਨੂੰ ਇਹ ਕਹੀਏ ਵੀ ਮੈਂ ਕਹਿੰਦਾ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ ਹੈ, ਸਾਡੇ ਬੱਚਿਆਂ ਨੂੰ ਪੰਜਾਬੀ ਤਾਂ ਆਉਣੀ ਹੀ ਚਾਹੀਦੀ ਹੈ, ਹਿੰਦੀ ਵੀ ਆਉਣੀ ਚਾਹੀਦੀ ਹੈ, ਪਰ ਇਹ ਤਰਤੀਬ ਠੀਕ ਹੋਣੀ ਚਾਹੀਦੀ ਹੈ ਕਿ ਸਭ ਤੋਂ ਉੱਚੇ ਮਾਂ ਬੋਲੀ ਆ। ਫਿਰ ਜੇ ਅਸੀਂ ਹੋਰ ਭਾਸ਼ਾ ਵੀ ਸਿੱਖਣੀ ਆ ਤਾਂ ਉਸ ਭਾਸ਼ਾ ਨੂੰ ਸਿੱਖਣ ਦਾ ਰਸਤਾ ਵੀ ਪੰਜਾਬੀ ਬੋਲੀ ਤੋਂ ਹੀ ਜਾਣਾ ਹੁੰਦਾ, ਕਿਉਂਕਿ ਜੇ ਤੁਹਾਨੂੰ ਆਪਣੀ ਮਾਂ ਬੋਲੀ ਨਹੀਂ ਆਊਗੀ ਫਿਰ ਤੁਹਾਨੂੰ ਓਨੀ ਚੰਗੀ ਅੰਗਰੇਜ਼ੀ ਵੀ ਨਹੀਂ ਆਊਗੀ ਅਤੇ ਓਨੀ ਚੰਗੀ ਹਿੰਦੀ ਵੀ ਨਹੀਂ ਆਊਗੀ। ਸੋ ਇਹ ਅਸੀਂ ਯਾਨੀ ਸਕੂਲਾਂ ਨੂੰ ਵੀ ਸਾਰੇ ਸਿੱਖਿਆ ਸ਼ਾਸਤਰ ਕਿ ਕਦੋਂ ਦੇ ਲੇਖਕ ਤਾਂ ਇਸ ਗੱਲ ਬਾਰੇ ਸ਼ੋਰ ਪਾ ਰਹੇ, ਰੌਲਾ ਪਾ ਰਹੇ, ਲੇਕਿਨ ਇਹੋ ਮੈਂ ਕਹਿੰਦਾ ਕਿ ਲਹਿਰ ਇਹ ਕਿਉਂ ਨਹੀਂ ਬਣ ਸਕੀ, ਉਹਦੇ ਪਿੱਛੇ ਆ ਕਿ ਅਸੀਂ ਆਪਣੇ ਲੋਕਾਂ ਨੂੰ ਪ੍ਰੇਰ ਕੇ, ਮਾਪਿਆਂ ਨੂੰ ਪ੍ਰੇਰ ਕੇ ਆਪਣੇ ਨਾਲ ਨਹੀਂ ਲੈ ਸਕੇ। ਹਾਂਜੀ ਸਰ, ਇਹੀ ਗੱਲ ਤੁਸੀਂ ਇਹ ਜਿਹੜੀ ਸਮੱਸਿਆ ਦਾ ਜ਼ਿਕਰ ਕਰਦੇ ਹੋ ਕਿ ਅਸੀਂ ਮਾਪਿਆਂ ਨੂੰ ਨਾਲ ਲੈ ਕੇ ਨਹੀਂ ਤੁਰ ਸਕੇ, ਪਰ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਇਹੀ ਇੱਕ ਗੁੱਸਾ ਪਾਇਆ ਜਾਂਦਾ ਹੈ ਕਿ ਜਦੋਂ ਵੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਹੁੰਦੀ ਆ ਤਾਂ ਉਹ ਬਹੁਤ ਵੱਡੇ ਮੰਚ 'ਤੇ ਹੁੰਦੀ ਹੈ, ਚਾਹੇ ਕਹਿ ਲਓ ਕਿ ਜਿਹੜੀਆਂ ਬਾਹਰ ਜਾ ਕੇ ਸਭਾਵਾਂ ਹੁੰਦੀਆਂ ਨੇ ਜਾਂ ਫਿਰ ਯੂਨੀਵਰਸਿਟੀ ਦੇ ਮੰਚਾਂ ਦੇ ਉੱਤੇ ਜਾ ਕੇ ਹੁੰਦੀਆਂ, ਜ਼ਮੀਨੀ ਪੱਧਰ 'ਤੇ ਜਿੱਥੇ ਲੋੜ ਆ, ਅੱਜ ਵੀ ਜਿੱਥੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨਾ ਤੱਕ ਲਾ ਦਿੱਤਾ ਜਾਂਦਾ, ਉੱਥੇ ਤੱਕ ਆ ਜਿਹੜੀ ਇਹ ਚੀਜ਼ਾਂ ਕਿਉਂ ਨਹੀਂ ਪਹੁੰਚ ਪਾ ਰਹੀਆਂ, ਕਿਉਂ ਸਿਰਫ ਵੱਡੇ ਮੰਚ ਦੇ ਉੱਤੇ ਪੰਜਾਬੀ ਨੂੰ ਅੱਗੇ ਵਧਾਉਣ ਲਈ ਗੱਲਾਂ ਕੀਤੀਆਂ ਜਾਂਦੀਆਂ ਨੇ, ਵੀ ਉਹ ਇੱਕ ਇਹ ਚੀਜ਼ ਹੈ ਕਿ ਇੱਕ ਸ਼ੋਹਰਤ ਖੱਟਣ ਲਈ ਸਿਰਫ ਖਬਰਾਂ 'ਚ ਰਹਿਣ ਲਈ ਪੰਜਾਬੀ ਨੂੰ ਉਹਨਾਂ ਮੰਚਾਂ 'ਤੇ ਲਿਜਾ ਕੇ ਪ੍ਰਫੁੱਲਿਤ ਕੀਤਾ ਜਾਂਦਾ?
ਰਵਿੰਦਰ, ਮੈਂ ਸਮਝਦਾ ਕਿ ਇਹਦੇ 'ਚ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਸਾਡੀ ਕਿਸੇ ਵੀ ਰਾਜਸੀ ਪਾਰਟੀ ਨੇ ਇਸ ਗੱਲ ਨੂੰ ਮੁੱਦਾ ਨਹੀਂ ਬਣਾਇਆ, ਜਦਕਿ ਇਹ ਇਸ ਨੂੰ ਮੰਚਾਂ ਤੱਕ ਜੇ ਕੋਈ ਲੈ ਸਕਦਾ ਲੋਕਾਂ ਦੇ ਮੰਚਾਂ ਤੱਕ ਤਾਂ ਉਹ ਰਾਜਸੀ ਪਾਰਟੀ ਲਿਜਾ ਸਕਦੀ ਆ। ਕਿ ਲੇਖਕਾਂ ਕੋ ਜਿਹੜੇ ਲੇਖਕਾਂ ਕੋ ਜੋ ਸੰਸਥਾਵਾਂ ਉਹਨਾਂ ਦੇ ਵੱਸ ਵਿੱਚ ਵੀ ਨੇ ਜਿੱਥੇ ਉਹ ਮਿਲਦੇ ਆ, ਅਸੀਂ ਹੁਣ ਅਸੀਂ ਸਕੂਲਾਂ ਜਾਂਦੇ ਹਾਂ ਕਾਲਜਾਂ 'ਚ ਜਾਂਦੇ ਉੱਥੇ ਅਸੀਂ ਇਹ ਗੱਲਾਂ ਕਰਦੇ ਹਾਂ, ਪਰ ਇਹ ਕਿ ਇਹ ਇਸ ਤੋਂ ਵੀ ਵੱਡਾ ਮਸਲਾ ਹੈ ਜਿਹੜਾ ਕਿ ਜਦ ਤੱਕ ਕੋਈ ਰਾਜਸੀ ਪਾਰਟੀਆਂ ਇਸ ਗੱਲ ਨੂੰ ਨਹੀਂ ਅਪਣਾਉਣਗੀਆਂ ਇੱਕ ਆਪਣੇ ਏਜੰਡੇ ਦੇ ਤੌਰ 'ਤੇ, ਸ਼ਾਇਦ ਅਸੀਂ ਇਹਨੂੰ ਇਹਦਾ ਕੋਈ ਹੱਲ ਨਾ ਕਰ ਸਕੀਏ। ਕਿ ਜਿਹੜੀ ਸਾਰੀ ਗੱਲ ਅਸਲ 'ਚ ਤਾਂ ਇੱਦਾਂ ਹੈ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਬਹੁਤ ਵੱਡੀ ਚੀਜ਼ ਇਹ ਆ ਕਿ ਲੋਕਾਂ ਦੀ ਭਾਵਨਾ, ਔਰ ਦੂਜੀ ਗੱਲ ਹੈ ਕਿ ਰਾਜਸੀ ਸਾਡੇ ਰਾਜਸੀ ਪਾਰਟੀਆਂ ਦੀ ਇੱਛਾ ਸ਼ਕਤੀ ਜਾਂ ਉਹਨਾਂ ਦੀ ਕਰਨ ਦੀ ਮਰਜ਼ੀ, ਕਿ ਸਾਡੀ ਰਾਜਨੀਤੀ ਜਿਹੜੇ ਅਸਲੀ ਸਾਡੇ ਵਿਸ਼ੇ ਆ, ਅਸਲੀ ਇਸ਼ੂ ਆ, ਉਹਨਾਂ ਤੋਂ ਵਿਛੜੀ ਹੋਈ ਰਾਜਨੀਤੀ ਆ। ਤੋ ਜਿੱਦਾਂ ਹੁਣ ਇਹ ਕਿ ਅਸੀਂ ਜਿਹੜੇ ਲੇਖਕ ਨੇ, ਲੇਖਕ ਕਾਨਫਰੰਸਾਂ ਵੀ ਹੁੰਦੀਆਂ ਬਹੁਤ ਵਾਰੀ, ਧਰਨੇ ਵੀ ਹੁੰਦੇ, ਤੋ ਇੱਕ ਵਾਰੀ ਗਿਣ ਰਹੇ ਸੀ ਕਿ ਪਤਾ ਨਹੀਂ ਕਿੰਨੇ ਸੌ ਤੋਂ ਵੀ ਉੱਪਰ ਧਰਨੇ ਜਿਹੜੇ ਸੀ ਉਹ ਮਟਕਾ ਚੌਂਕ ਵਿੱਚ ਧਰਨੇ ਹੋਏ ਬਹੁਤ ਵੱਡੇ ਪੱਧਰ 'ਤੇ, ਪਰ ਉਹਨਾਂ ਦਾ ਕੋਈ ਅਸਰ ਕਿਤੇ ਨਜ਼ਰ ਨਹੀਂ ਆ ਰਿਹਾ। ਸੋ ਇਹਦੇ ਲਈ ਮੈਂ ਕਹਿੰਦਾ ਕਿ ਸਾਰੇ ਪੰਜਾਬੀਆਂ ਨੂੰ ਹੀ ਸੋਚਣ, ਸਿਰਫ ਇਕੱਲੇ ਲੇਖਕਾਂ ਨੂੰ ਨਹੀਂ, ਸਮੁੱਚੇ ਪੰਜਾਬੀਆਂ ਨੂੰ, ਜੋ ਵੀ ਜਿੱਥੇ ਕਿਤੇ ਅਸੀਂ ਬੈਠੇ ਹਾਂ, ਸਾਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ। ਹੁਣ ਇਹ ਕਿ ਸਾਰੇ ਅਸੀਂ ਇਹ ਤਾਂ ਕਹਿ ਦਿੰਦੇ ਕਿ ਹੋਣੀ ਚਾਹੀਦੀ ਆ ਜਾਂ, ਪਰ ਇਹ ਕਿ ਸ਼ਾਇਦ ਅੰਦਰੋਂ ਕਿਤੇ ਇਹ ਗੱਲ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਲੱਗਦਾ ਕਿ ਸਾਡਾ ਯਾਨੀ ਪੰਜਾਬ ਦੇ ਬੰਦੇ ਤਾਂ ਬਹੁਤ, ਸਾਡਾ ਭਵਿੱਖ ਪੰਜਾਬ ਤੋਂ ਬਾਹਰ ਹੈ, ਕਿ ਇੱਕ ਬਹੁਤ ਵੱਡੀ ਭਾਵਨਾ ਇੱਦਾਂ ਦੀ ਆ ਚੁੱਕੀ ਹੈ। ਸੋ ਇਸ ਸਾਰੀ ਭਾਵਨਾ ਨਾਲ ਲੜਨ ਲਈ ਸਾਨੂੰ ਬਹੁਤ ਜ਼ਿਆਦਾ ਹੋਰ ਲੋਕਾਂ ਦੀ, ਰਾਜਸੀ ਪਾਰਟੀਆਂ ਦੀ ਜ਼ਰੂਰਤ ਹੈ। ਹਾਂਜੀ ਸਰ, ਇੱਕ ਲੇਖਕ ਹੈ ਜਿਹੜਾ ਉਹ ਆਪਣੇ ਸਾਹਿਤ ਦੇ ਜ਼ਰੀਏ ਭਾਸ਼ਾ ਨੂੰ ਵੀ ਅਮੀਰ ਕਰਦਾ, ਸਾਹਿਤ ਨੂੰ ਵੀ ਅਮੀਰ ਕਰਦਾ, ਪਰ ਜੇਕਰ ਆਪਾਂ ਹੁਣ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਇਹੋ ਜਿਹੀਆਂ ਕਿਤਾਬਾਂ ਵੀ ਪੰਜਾਬੀ ਸਾਹਿਤ ਦੇ ਵਿੱਚ ਆ ਰਹੀਆਂ ਨੇ ਜਿਨ੍ਹਾਂ ਨੂੰ ਲੱਚਰਤਾ ਤੋਂ ਜ਼ਿਆਦਾ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਉਹਨਾਂ 'ਤੇ ਕਦੇ ਵੀ ਮੈਨਸ਼ਨ ਨਹੀਂ ਕੀਤਾ ਹੁੰਦਾ ਕਿ ਇਹ ਆ ਜਿਹੜਾ ਇਹ ਅਡਲਟ ਸਾਹਿਤ ਆ ਜਾਂ ਇਹ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਸਾਹਿਤ ਦੇ ਉੱਤੇ ਵੀ ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਕਿਤਾਬਾਂ ਦਾ ਪ੍ਰੋਪਰ ਬਿਊਰਾ ਬਣਾਵੇ ਕਿ ਇਹ ਕਿਤਾਬ ਆ ਜਿਹੜੀ ਇਹ ਛਪਣੀ ਚਾਹੀਦੀ ਹੈ ਅਤੇ ਇਹ ਕਿਤਾਬ ਆ ਜਿਹੜੀ ਛਪਾਈ ਤੋਂ ਬਾਹਰ ਰਹਿਣੀ ਚਾਹੀਦੀ ਆ? ਮੇਰੇ ਖਿਆਲ 'ਚ ਕਮੇਟੀ ਵਾਲੀ ਗੱਲ ਨਾਲ ਤਾਂ ਮੈਂ ਪਤਾ ਕਿ ਉਹ ਇੱਕ ਹੁੰਦਾ ਵੀ ਉਹ ਤੁਹਾਡੇ ਫਿਰ ਕਿਹਾ ਕਿ ਹਰ ਬੰਦਾ ਉੱਥੇ ਕਿਤਾਬ ਆਪਣੀ ਸਬਮਿਟ ਕਰੂਗਾ, ਉਹ ਕਮੇਟੀ ਉਹਨੂੰ ਪਾਸ ਕਰੇਗੀ, ਉਹਦੇ 'ਚ ਕੋਈ ਕਮੇਟੀ ਨੂੰ ਉਹਦੇ ਵਿਚਾਰ ਨਹੀਂ ਪਸੰਦ ਤਾਂ ਵੀ ਉਹ ਕਰ ਸਕਦੀ ਕਿ ਨਹੀਂ ਇਹ ਨਹੀਂ। ਸੋ ਕਮੇਟੀ ਵਾਲੀ ਗੱਲ ਨਹੀਂ ਮੈਂ ਸਮਝਦਾ, ਮੈਂ ਸਮਝਦਾ ਕਿ ਇਹੋ ਤਾਂ ਸਾਡੇ ਆਪ ਰਾਈਟਰਾਂ ਵਿੱਚ, ਲੇਖਕਾਂ 'ਚ ਚੇਤਨਾ ਆਵੇ ਜਾਂ ਜਿਹੜੇ ਪ੍ਰਕਾਸ਼ਕ ਹੈ। ਹੁਣ ਹੋਇਆ ਕੀ ਆ ਕਿ ਅੱਜ ਕੱਲ੍ਹ ਕਿਤਾਬ ਛਪਾਉਣੀ ਬਹੁਤ ਸੌਖੀ ਹੋ ਗਈ ਕਿ ਤੁਸੀਂ ਇੱਕ ਇੰਨੇ ਕੁ ਪੈਸੇ ਦਿਓ, 20,000 25,000 ਦਿਓ ਅਤੇ ਕੁਛ ਵੀ ਛਪਵਾ ਲਓ। ਕਿ ਕਿਸੇ ਵਕਤ ਸੀਗਾ ਕਿ ਪ੍ਰਕਾਸ਼ਕ ਉਹੀ ਕਿਤਾਬ ਛਾਪਦਾ ਸੀ ਜਿਹਨੂੰ ਲੱਗੇ ਕਿ ਹਾਂ ਇਹ ਛਾਪਣ ਯੋਗ ਆ ਜਾਂ ਇਹ ਛਪਣ ਯੋਗ ਆ। ਸੋ ਇਹ ਗੱਲਾਂ ਕਦੀ ਸੰਗੀਤ 'ਤੇ ਵੀ ਆਈਆਂ ਕਿ ਸੰਗੀਤ ਨੂੰ ਵੀ ਪਾਸ ਕੀਤਾ ਜਾਵੇ ਤਾਂ ਫਿਰ ਉਹ ਬਾਹਰ ਆਵੇ। ਸੋ ਉਹਨਾਂ ਗੱਲਾਂ ਨਾਲ ਇਹਦਾ ਕਿ ਉਹਨਾਂ ਗੱਲਾਂ ਦਾ ਬਹੁਤ ਲੋਕਾਂ ਨੇ, ਚੰਗੀਆਂ ਬੰਦਾਂ ਨੇ ਵਿਰੋਧ ਕੀਤਾ ਕਿ ਇਹਦਾ ਮਤਲਬ ਹੈ ਕਿ ਕਈ ਵਾਰੀ ਉਹ ਚੰਗੇ ਗੀਤ ਨੂੰ ਵੀ ਰੋਕ ਸਕਦੇ ਆ ਜਾਂ ਉਹਦੇ ਵਿਚਾਰ ਲੱਗਣੇ ਵੀ ਇਹ ਸਾਡੇ ਵਿਚਾਰਾਂ ਨਾਲ ਨਹੀਂ ਮਿਲਦਾ ਜਾਂ ਕਿਸੇ ਆਲੋਚਨਾ ਹੋਵੇ, ਬੇਸ਼ੱਕ ਉਹ ਸਰਕਾਰ ਦੀ ਆਲੋਚਨਾ ਹੋਵੇ, ਉਹ ਕਹਿੰਦੇ ਇਹ ਨਹੀਂ ਆਉਣ ਦੇਣਾ। ਸੋ ਉਹ ਜਿਹੜੀ ਕਮੇਟੀ ਵਾਲੀ ਗੱਲ ਜਾਂ ਸੈਂਸਰ ਵਾਲੀ ਗੱਲ ਜਿਹੜੀ ਆ, ਉਹ ਤਾਂ ਪਹਿਲਾਂ ਹੀ ਸੈਂਸਰ ਬੋਰਡ ਤਾਂ ਪਹਿਲਾਂ ਹੀ ਬਣੇ ਹੋਏ ਆ ਕਿ ਜੋ ਕੋਈ ਅਸ਼ਲੀਲ ਲਿਖ, ਜਿਵੇਂ ਕਦੀ ਮੰਟੋ 'ਤੇ ਮੁਕੱਦਮਾ ਚੱਲਿਆ ਕਿ ਤੂੰ ਇੱਦਾਂ ਆਹ ਲਿਖਿਆ, ਹੈ ਨਾ ਆਹ ਲਿਖਿਆ। ਸੋ ਇਹਦੇ 'ਚ ਬਹੁਤ ਵੱਡੀ ਗੱਲ ਤਾਂ ਮੈਂ ਫਿਰ ਉੱਥੇ ਲੈ ਕੇ ਆਉਣਾ ਕਿ ਬਹੁਤ ਵੱਡੀ ਗੱਲ ਇਹੀ ਆ ਕਿ ਅਸੀਂ ਕਿੰਨੀ ਕੁ ਲੋਕਾਂ ਵਿੱਚ ਚੇਤਨਾ ਪੈਦਾ ਕਰ ਸਕਦੇ ਹਾਂ, ਲੇਖਕਾਂ ਵਿੱਚ ਚੇਤਨਾ ਪੈਦਾ ਕਰ ਸਕਦੇ ਹਾਂ। ਤੋ ਤੁਹਾਡੀ ਗੱਲ 'ਚ ਬਹੁਤ ਇਹੋ ਹਕੀਕਤ ਹੈ ਕਿ ਜਿਵੇਂ ਹੁਣ ਮੈਂ ਕਦੀ ਸੋਚਦਾ ਹੁੰਦਾ ਕਿ ਵੀ ਜਦੋਂ ਮੇਰਾ ਬੱਚਾ 18-19 ਸਾਲ ਦਾ, ਮੈਂ ਉਹਨੂੰ ਕੀ ਪੜ੍ਹਨ ਲਈ ਦਊਂਗਾ ਪੰਜਾਬੀ ਦਾ? ਕਿ ਇੱਕ ਸਾਡੇ ਕੋਲ ਕਿਸ਼ੋਰ ਉਮਰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅੱਲੜ ਉਮਰ ਦੇ ਬੱਚਿਆਂ ਲਈ ਕੋਈ ਸਾਹਿਤ ਨਹੀਂ ਹੈ, ਕਿ ਔਰ ਇੱਕ ਸਾਡੇ ਕੋਲ ਜਿਹੜੇ ਸਾਡੇ ਬੱਚੇ ਆ ਉਹਨਾਂ ਲਈ ਸਾਡੇ ਕੋਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਰਸਰੀ ਗੀਤ, ਜਿੱਦਾਂ ਹੁਣ ਬਹੁਤ ਹੀ ਯੂਟਿਊਬ 'ਤੇ ਆਪਾਂ ਸੁਣਦੇ ਹਾਂ ਕਿ ਉਹ ਬਾਬਾ ਬਲੈਕ ਸ਼ੀਪ ਵੀ ਗਾ ਰਹੇ ਆ, ਟਵਿੰਕਲ ਟਵਿੰਕਲ ਵੀ
ਤੁਹਾਨੂੰ ਕੋਈ ਪੰਜਾਬੀ ਦਾ ਗੀਤ ਲੱਭਦਾ ਨਹੀਂ ਇੱਦਾਂ ਦਾ ਕਿ ਜਿਹੜੇ ਬੱਚੇ ਉਹਨੂੰ ਉਹਦੇ ਪਿੱਛੇ ਪਿੱਛੇ ਬੋਲਣ, ਪਿੱਛੇ ਪਿੱਛੇ ਪੜ੍ਹਨ ਔਰ ਉਹ ਸਿੱਖ ਸਕਣ। ਸੋ ਇਹ ਸਾਡੇ ਦੋ ਖੇਤਰ ਇਹ ਖਾਲੀ ਪਏ ਆ। ਬਾਲ ਸਾਹਿਤ ਬਹੁਤ ਲਿਖਿਆ ਜਾ ਰਿਹਾ ਪਰ ਵਧੀਆ ਬਾਲ ਸਾਹਿਤ ਬਹੁਤ ਥੋੜ੍ਹਾ। ਔਰ ਇੱਕ ਸਾਡਾ ਜਿਹੜਾ ਅੱਲੜ ਉਮਰ ਦੇ ਬੱਚਿਆਂ ਲਈ ਸਾਹਿਤ ਦਾ ਖੇਤਰ ਆ ਉਹ ਬਿਲਕੁਲ ਸਮਝ ਲਓ ਕਿ ਸੱਖਣਾ ਪਿਆ। ਔਰ ਇੱਕ ਸਾਡੇ ਕੋਲ ਆਪਾਂ ਕਹਿੰਦੇ ਕਿ ਜਿਹੜੀ ਗਿਆਨ ਵਾਰਤਕ ਆ, ਜਿਵੇਂ ਚਲੋ ਕਿਤਾਬ ਛਪਦੀ ਆ ਕਿ ਬਰੀਫ ਹਿਸਟਰੀ ਆਫ ਟਾਈਮ, ਹੈ ਨਾ, ਕਿ ਸਮੇਂ ਦਾ ਇਤਿਹਾਸ, ਕਿ ਇਹੋ ਜਿਹੀਆਂ ਕਿਤਾਬਾਂ ਦੇ ਬੇਸ਼ੱਕ ਅਨੁਵਾਦ ਹੋਣ, ਸਾਡੇ ਕੋਲ ਗਿਆਨ ਸਾਹਿਤ ਦੀ ਵੀ ਘਾਟ ਹੈ। ਸੋ ਇਹੋ ਜਿਹੇ ਕੁਛ ਖੇਤਰ ਹੈ ਜਿਹਦੇ ਵਿੱਚ ਸਾਨੂੰ ਲੇਖਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਕਵਿਤਾ ਕਹਾਣੀਆਂ ਵੀ ਲਿਖੀਏ, ਲੇਕਿਨ ਅਸੀਂ ਜਿਹੜੇ ਖੇਤਰ ਸਾਡੇ ਖਾਲੀ ਪਏ ਆ ਉਹਨਾਂ ਖੇਤਰ 'ਚ ਵੀ ਜ਼ਰੂਰ ਕੰਮ ਕਰੀਏ। ਬਿਲਕੁਲ ਸਰ, ਤੁਸੀਂ ਸੰਗੀਤ ਦੀ ਗੱਲ ਕਰਦੇ ਹੋ, ਹੈ ਨਾ, ਬਹੁਤ ਉਮਦਾ ਦਰਜੇ ਦੀਆਂ ਜਿਹੜੀਆਂ ਕਵਿਤਾਵਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਰਚੀਆਂ ਗਈਆਂ ਨੇ, ਪਰ ਜਦੋਂ ਗੱਲ ਤੁਰੰਨਮ ਦੀ ਆਉਂਦੀ ਹੈ ਤਾਂ ਬਹੁਤ ਸਾਰੇ ਹਾਲੇ ਤੱਕ ਵੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਗਾਇਆ ਨਹੀਂ ਗਿਆ। ਜੇ ਇੱਕ ਉਚੇਚ ਕੀਤਾ ਜਾਂਦਾ ਤਾਂ ਸਿਰਫ ਅਤੇ ਸਿਰਫ ਉਹਨਾਂ ਕਵੀਆਂ ਵੱਲੋਂ ਹੀ, ਜਿਵੇਂ ਤੁਸੀਂ ਆਪਣੀਆਂ ਥੋੜ੍ਹੀਆਂ ਚੀਜ਼ਾਂ ਨੂੰ ਆਵਾਜ਼ ਦੇ ਚੁੱਕੇ ਹੋ, ਤੁਹਾਡੇ ਭਰਾ ਉਪਕਾਰ ਸਿੰਘ ਹੁਣਾਂ ਨੇ ਤੁਹਾਡੀਆਂ ਕੁਛ ਕੁ ਗਜ਼ਲਾਂ ਗਾਈਆਂ ਨੇ, ਹੰਸਰਾਜ ਹੁਣਾਂ ਨੇ ਇੱਕ ਪਹਿਲ ਕੀਤੀ ਸੀ ਕਿ ਉਹਨਾਂ ਨੇ ਆਪਣੀ ਹਰ ਕੈਸੇਟ ਦੇ ਵਿੱਚ ਇੱਕ ਕਵਿਤਾ ਜਾਂ ਗਜ਼ਲ ਗਾਉਣ ਦੀ ਪਹਿਲ ਕੀਤੀ। ਤੁਸੀਂ ਕੀ ਮੰਨਦੇ ਹੋ ਕਿ ਪੰਜਾਬੀ ਕਵਿਤਾ ਜਿਹੜੀ ਹਾਲੇ ਤੱਕ ਉਹ ਤੁਰੰਨਮ ਤੱਕ ਕਿਉਂ ਨਹੀਂ ਪਹੁੰਚੀ? ਇਹ ਤੁਹਾਡੀ ਬਸ ਬਹੁਤ ਗੱਲ ਠੀਕ ਹੈ। ਅਸੀਂ ਕੁਛ ਇੱਦਾਂ ਦੇ ਯਤਨ ਕੀਤੇ ਕਿ ਜਿੱਦਾਂ ਹੁਣ ਡਾਕਟਰ ਹਰਭਜਨ ਸਿੰਘ ਹੁਣਾਂ ਦੀ ਸ਼ਤਾਬਦੀ ਆ ਰਹੀ ਹੈ, ਅਤੇ ਅਸੀਂ ਇੱਕ ਯੋਜਨਾ ਇੱਦਾਂ ਬਣਾਈ ਕਿ ਅਸੀਂ ਪ੍ਰਤੀਯੋਗਤਾ ਕਰੀਏ ਜਿਹ 'ਚ ਸਿਰਫ ਹਰਭਜਨ ਸਿੰਘ ਦੀ ਕਵਿਤਾ ਹੀ ਗਾਈ ਜਾਵੇ, ਕਿ ਵਿਦਿਆਰਥੀਆਂ ਦੇ ਜਿਹੜੇ ਮੁਕਾਬਲੇ ਹੋਣ ਉਹਦੇ ਵਿੱਚ ਉਹ ਹੋਰ ਕੋਈ ਕਵਿਤਾ ਤਿਆਰ ਕਰਨ ਦੀ ਜਗ੍ਹਾ ਹਰਭਜਨ ਸਿੰਘ ਦੀ ਕਵਿਤਾ ਤਿਆਰ ਕਰਕੇ ਲਿਆਉਣ। ਕਿ ਸੋ ਹੁਣ ਸਾਡੇ ਮਨ 'ਚ ਇੱਦਾਂ ਦੀ ਐਲਬਮ ਲਿਆਉਣ ਦੀ ਵੀ ਇੱਕ ਇੱਛਾ। ਬਹੁਤ ਦੇਰ ਪਹਿਲਾਂ ਮੈਂ ਇੱਕ ਜਿਹੜੀ ਨੌਰਥ ਜ਼ੋਨ ਕਲਚਰ ਸੈਂਟਰ ਸੀ ਉਹਨਾਂ ਵੱਲੋਂ ਦੋ ਅਸੀਂ ਸੀਡੀਜ਼ ਤਿਆਰ ਕੀਤੀਆਂ ਸੀ। ਇੱਕ ਸੀਗੀ ਦਰਦ ਕਹਿਣ ਦਰਵੇਸ਼, ਉਹ ਸਿਰਫ ਸੂਫੀ ਕਲਾਮ ਦੀ ਇੱਕ, ਔਰ ਇੱਕ ਸੀਗੀ ਇੱਛਾ ਬਲ, ਜਿਹਦੇ ਵਿੱਚ ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਧਨੀ ਰਾਮ ਚਾਤਰਿਕ, ਬਾਬਾ ਬਲਵੰਤ, ਇਹਨਾਂ ਦੀਆਂ ਚੀਜ਼ਾਂ ਗਾਈਆਂ ਗਈਆਂ। ਇਹਦੇ ਉਪਕਾਰ ਨੇ ਅੰਮ੍ਰਿਤਾ ਪ੍ਰੀਤਮ, ਹਰਭਜਨ ਸਿੰਘ, ਜਸਵੰਤ ਸਿੰਘ ਨੇਕੀ, ਇਹ ਚੀਜ਼ਾਂ ਗਾਈਆਂ। ਸੋ ਕੁਛ ਗਾਇਕਾਂ ਨੇ ਕਿਸੇ ਪੱਧਰ 'ਤੇ ਇੱਦਾਂ ਦੀਆਂ ਚੀਜ਼ਾਂ ਹੋਈਆਂ, ਪਰ ਇਹ ਹੈ ਕਿ ਜਿੱਦਾਂ ਜਿਹੜੀ ਜਿਹਨੂੰ ਕਹਿੰਦੇ ਕਿ ਮੇਨ ਸਟ੍ਰੀਮ ਮਿਊਜ਼ਿਕ ਦੀ ਆ, ਜਿਹੜੀ ਟੈਲੀਵਿਜ਼ਨ 'ਤੇ ਜੋ ਕੁਛ ਆ ਰਿਹਾ ਜਾਂ ਜਿਹੜੇ ਸਾਡੇ ਬੱਚੇ ਦੇਖ ਰਹੇ ਆ, ਉਹਦੇ ਪਿੱਛੇ ਬਹੁਤ ਜ਼ਿਆਦਾ ਬਜਟ ਅਤੇ ਬਹੁਤ ਜ਼ਿਆਦਾ ਜਿਹੜੀ ਇੱਕ ਕਿਸਮ ਦਾ ਅਡੰਬਰ ਲੁਕਿਆ ਹੋਇਆ ਕਿ ਤੁਸੀਂ ਇੱਕ ਗਾਣੇ ਨੂੰ ਪਾਪੂਲਰ ਕਰਨ ਲਈ ਤੁਸੀਂ ਉਹਨੂੰ ਕਿੰਨੀ ਵਾਰੀ ਟੀ ਵੀ 'ਤੇ ਵਜਾਉਂਦੇ ਹੋ, ਬੱਚਿਆਂ ਦੇ ਮੂੰਹਾਂ 'ਤੇ ਚੜ੍ਹ ਜਾਂਦਾ, ਬੇਸ਼ੱਕ ਉਹ ਕੁਛ ਵੀ ਨਾ ਹੋਵੇ। ਸੋ ਇਸ ਪੱਧਰ ਦਾ, ਕਿਉਂਕਿ ਜਦ ਤੋਂ ਮਿਊਜ਼ਿਕ ਇੰਡਸਟਰੀ ਬਣਿਆ ਤਦ ਤੋਂ ਉਹ ਵਪਾਰੀਆਂ ਦਾ ਦੀ ਚੀਜ਼ ਬਣ ਗਈ। ਮੁੜ ਕੇ ਹੰਸਰਾਜ ਸਾਨੂੰ ਕੋਈ ਗੀਤ ਗਾਇਆ ਨਹੀਂ ਲੱਭਿਆ ਕਿ ਜਿਹੜਾ ਉਹਨੇ ਕਿਸੇ ਨੂੰ ਗਾਇਆ ਸੀਗਾ ਕਿ ਕਿੱਥੇ ਕੱਟੇਗਾ ਰਾਤ, ਮਨਜੀਤ ਟਵਾਣਾ ਦਾ ਗੀਤ ਸੀ ਜਾਂ ਮੇਰੇ ਗੀਤ ਸੀ ਉਹਨੇ ਕਿਸ ਵਕਤ ਗਾਏ ਸੀ। ਲੇਕਿਨ ਸਮਾਂ ਜਦੋਂ ਜਿਹੜੀ ਇੰਡਸਟਰੀ ਆ ਮਿਊਜ਼ਿਕ ਦੀ ਉਹ ਇੰਨੀ ਮਹਿੰਗੀ ਹੋ ਗਈ, ਤਾਂ ਉਸ ਵਕਤ ਕੋਈ ਪੇਸ਼ ਨਹੀਂ, ਸਿੰਗਰਾਂ ਦੀ ਵੀ ਪੇਸ਼ ਨਹੀਂ ਚੱਲੀ ਕਿ ਉਹਨਾਂ ਨੂੰ ਵਪਾਰੀ ਦੱਸਦੇ ਆ ਕਿ ਤੂੰ ਕੀ ਗਾਉਣਾ ਕੀ ਨਹੀਂ ਗਾਉਣਾ। ਤੋ ਜਿਹੜੀਆਂ ਸੰਸਥਾਵਾਂ ਆਪਣੇ ਤੌਰ 'ਤੇ ਕੁਛ ਕਰਦੀਆਂ, ਕੁਛ ਚੀਜ਼ਾਂ ਪ੍ਰਚਲਿਤ ਵੀ ਹੁੰਦੀਆਂ, ਉਹ ਉਸ ਪੱਧਰ ਤੱਕ ਨਹੀਂ ਮੁਕਾਬਲਾ ਕਰ ਸਕਦੀਆਂ। ਪਰ ਫਿਰ ਤੁਹਾਡੀ ਗੱਲ ਠੀਕ ਹੈ, ਜਿਵੇਂ ਹੁਣ ਯੂਟਿਊਬ 'ਤੇ ਬਹੁਤ ਇੱਕ ਸਕੋਪ ਹੈ ਕਿ ਜੇ ਅਸੀਂ ਉਹ ਚੀਜ਼ਾਂ ਪਾਈਏ ਲੈ ਕੇ, ਜਿਹੜੇ ਕੁਛ ਲੋਕ ਆਪਣੇ ਤੌਰ 'ਤੇ ਉਸ ਚੀਜ਼ ਨੂੰ ਨਿਭਾ ਵੀ ਰਹੇ ਆ, ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਉਹਨੂੰ ਇੱਕ ਹੋਰ ਵੱਡੇ ਪੱਧਰ 'ਤੇ ਵੀ ਹੋਣਾ ਚਾਹੀਦਾ। ਹਾਂਜੀ, ਜਦੋਂ ਤੁਹਾਡੇ ਬਾਰੇ ਕੁਛ ਪੜ੍ਹਨਾ ਹੁੰਦਾ ਤਾਂ ਜ਼ਿਆਦਾਤਰ ਯੂਟਿਊਬ 'ਤੇ ਜਿਹੜੀਆਂ ਤੁਹਾਡੀਆਂ ਇੰਟਰਵਿਊਜ਼ ਪਈਆਂ ਨੇ, ਤੁਹਾਡੀ ਜ਼ਿੰਦਗੀ ਦੇ ਅੰਸ਼ ਬਹੁਤ ਥੋੜ੍ਹੇ ਮਿਲਦੇ ਆ, ਤਾਂ ਪਾਠਕਾਂ ਨੂੰ ਇਹ ਜਿਹੜੀ ਤੁਹਾਡੀ ਕਿਤਾਬ ਪੜ੍ਹ ਕੇ ਜ਼ਰੂਰ ਸੰਤੁਸ਼ਟੀ ਹੋਏਗੀ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਬਾਰੇ ਇਹਦੇ ਵਿੱਚ ਕਹਿ ਰਹੇ ਹੋ ਕਿ ਬਹੁਤ ਕੁਛ ਹੈ। ਬਿਲਕੁਲ, ਇਹਦੇ 'ਚ ਜਾਣੀ ਮੇਰੇ ਜਿਹੜੀ ਪੜ੍ਹਾਈ ਦੇ ਦਿਨ, ਕਪੂਰਥਲੇ ਦੇ ਦਿਨ, ਪਟਿਆਲੇ ਦੇ ਦਿਨ, ਔਰ ਫਿਰ ਕੁਛ ਜਿਹੜੇ ਮੇਰੇ ਬਾਹਰ ਦੀਆਂ ਯਾਤਰਾਵਾਂ, ਜਿਵੇਂ ਮੈਂ ਚੀਨ ਵੀ ਗਿਆ। ਮੈਂ ਇੱਕ ਬਹੁਤ ਜਿਸ ਦੇਸ਼ 'ਚ ਬਹੁਤ ਘੱਟ ਲੋਕ ਜਾਂਦੇ ਆ, ਕੋਲੰਬੀਆ ਸਪੈਨਿਸ਼ ਸਪੀਕਿੰਗ ਦੇਸ਼ ਹੈ। ਸੋ ਉਹ ਵੀ ਉਹ 'ਚ ਮੈਂ ਕੁਛ ਕਾਫੀ ਕੁਛ ਆਪਣੀਆਂ ਕਵਿਤਾਵਾਂ ਦੇ ਸਰੋਤ
ਕਿੱਥੋਂ ਪੈਦਾ ਹੋਈਆਂ ਸੋ ਉਹ ਥੋੜ੍ਹੀ ਜਿਹੀ ਆਪਣੱਤ ਵਾਲੀ ਪੁਸਤਕ ਹੈ। ਕੋਲੰਬੀਆ ਦੀ ਗੱਲ ਕਰ ਰਹੇ ਹਾਂ ਤੁਸੀਂ, ਕੋਲੰਬੀਆ 'ਚ ਮੈਂ ਸੁਣਿਆ ਕਿ ਤੁਹਾਨੂੰ ਇੱਕ ਜਾਦੂਗਰ ਦੇ ਤੌਰ 'ਤੇ ਵੀ ਸਮਝ ਲਿਆ ਗਿਆ ਨਾ, ਉਸ ਘਟਨਾ ਦਾ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ। ਹਾਂ, ਉਹ ਸੀ ਕਿ ਮੈਂ ਜਦੋਂ ਲੰਡਨ ਤੋਂ ਬਗੂਟਾ ਦਾ ਜਹਾਜ਼ ਫੜਿਆ ਤਾਂ ਉਸ ਜਹਾਜ਼ 'ਚ ਕੋਈ ਪਗੜੀ ਚੁੰਨੀ ਮੈਨੂੰ ਨਜ਼ਰ ਨਾ ਆਈ, ਅਤੇ ਉੱਥੇ ਕੋਲੰਬੀਆ ਵੀ ਮੈਂ ਗਿਆ ਤਾਂ ਉਹ ਉੱਥੇ ਕੋਈ ਪੰਜਾਬੀ ਨਹੀਂ ਮਿਲਿਆ ਮੈਂ ਸੀ, ਔਰ ਬੱਚੇ ਮੈਨੂੰ ਬਹੁਤ ਗੌਰ ਨਾਲ ਦੇਖਦੇ ਸੀਗੇ ਕਿ ਇਹ ਕੌਣ, ਕਿੱਥੋਂ ਆਇਆ ਬੰਦਾ, ਕੌਣ ਹੈ ਨਾ। ਤਾਂ ਜਿਹੜੀ ਇੱਕ ਬਹੁਤ ਵਧੀਆ, ਮੈਂ ਉਹਦੇ ਬਾਰੇ ਛੋਟੀ ਜਿਹੀ ਕਵਿਤਾ ਵੀ ਲਿਖੀ ਕਿ ਮੈਂ ਇੱਕ ਦਿਨ ਜਿੱਦਾਂ ਉੱਥੇ ਅਸੀਂ ਆਪਣੀ ਕਵਿਤਾਵਾਂ ਜਾਣੀ 6 ਮਹੀਨੇ ਪਹਿਲਾਂ ਹੀ ਨਾ ਮੈਂ ਆਪਣੀਆਂ 20 ਕਵਿਤਾਵਾਂ ਭੇਜੀਆਂ, ਤਾਂ ਇੰਗਲਿਸ਼ ਵਿੱਚ ਭੇਜੀਆਂ, ਉਹਨਾਂ ਨੇ ਫਿਰ ਉਹਨੂੰ ਸਪੈਨਿਸ਼ 'ਚ ਕਰ ਲਿਆ, ਅਤੇ ਉੱਥੇ ਮੈਂ ਤਾਂ ਪੰਜਾਬੀ ਜਾਂ ਕਵੀ ਜਿਹੜੇ, ਕਿਉਂਕਿ ਉਹ ਇੱਦਾਂ ਸੀਗਾ ਇੰਟਰਨੈਸ਼ਨਲ ਪੋਇਟਰੀ ਫੈਸਟੀਵਲ, ਔਰ 50 ਦੇਸ਼ਾਂ ਤੋਂ ਇੱਕ ਇੱਕ ਕਵੀ ਆਇਆ ਸੀ, ਤਾਂ ਉਸ ਸਾਲ ਇੰਡੀਆ ਤੋਂ ਮੇਰੀ ਵਾਰੀ ਸੀ, ਅਤੇ ਉਹ ਫਿਰ ਜਿਹੜਾ ਮੇਰੀ ਕਵਿਤਾ ਸਪੈਨਿਸ਼ 'ਚ ਪੜ੍ਹਦਾ ਸੀ ਉਹ ਸੀ, ਉਹਦੀ ਨਾਲ ਜੀਵਨ ਸਾਥਣ ਸੀ, ਅਤੇ ਇੱਕ ਬੱਚਾ ਇੱਦਾਂ ਟ੍ਰਾਈਸਾਈਕਲ ਚਲਾਉਂਦਾ ਆਇਆ, ਅਤੇ ਉਹਨਾਂ ਨੂੰ ਕੁਛ ਸਪੈਨਿਸ਼ 'ਚ ਪੁੱਛਿਆ ਆ ਕੇ ਉਹਨੇ, ਉਹ ਦੋਵੇਂ ਹੱਸ ਪਏ, ਅਤੇ ਮੈਂ ਕਿਹਾ ਵੀ ਬੱਚਾ ਕੀ ਪੁੱਛ ਰਿਹਾ ਸੀ, ਕਹਿੰਦੇ ਇਹ ਪੁੱਛ ਰਿਹਾ ਸੀਗਾ ਵੀ ਇਹ ਭਾਈ ਜਾਦੂਗਰ ਹੈ, ਅਤੇ ਫਿਰ ਮੈਂ ਇਹਨੂੰ ਕਵਿਤਾ 'ਚ ਕੀਤਾ, ਇਹਦੀ ਕਵਿਤਾ ਹੀ ਬਣੀ, ਮੈਂ ਲਿਖਿਆ ਕਿ ਲਾਤੀਨੀ ਅਮਰੀਕਾ ਦੇ ਕੋਲੰਬੀਆ ਦੇਸ਼ ਵਿੱਚ ਮੈਦੇਜਿਨ ਸ਼ਹਿਰ ਦੀ ਓਬਰੇਰੋ ਪਾਰਕ ਵਿੱਚ ਇੱਕ ਸਪੇਨੀ ਬੱਚਾ ਸਾਈਕਲ ਚਲਾਉਂਦਾ ਮੇਰੇ ਕੋਲ ਆਇਆ, ਅਤੇ ਮੇਰੀ ਪਗੜੀ ਅਤੇ ਦਾੜੀ ਦੇਖ ਕੇ ਪੁੱਛਣ ਲੱਗਾ ਤੂੰ ਜਾਦੂਗਰ ਹੈ। ਮੈਂ ਕਹਿਣ ਲੱਗਾ ਸਾ ਨਹੀਂ, ਪਰ ਬੱਚੇ ਦਾ ਚਾਅ ਦੇਖ ਕੇ ਮੇਰੇ ਤੋਂ ਕਿਹਾ ਨਾ ਗਿਆ ਨਹੀਂ। ਮੈਂ ਕਿਹਾ ਹਾਂ, ਮੈਂ ਅਸਮਾਨ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ, ਮੈਂ ਕਿਸੇ ਰੁੱਖ ਦੇ ਪੱਤਿਆਂ ਨੂੰ ਸਾਜ਼ ਦੀਆਂ ਸੁਰਾਂ ਬਣਾ ਸਕਦਾ ਹਾਂ, ਮੈਂ ਹਵਾ ਨੂੰ ਸਾਜ਼ਿੰਦੇ ਦੇ ਪੋਟੇ ਬਣਾ ਸਕਦਾ ਹਾਂ। ਅਤੇ ਬੱਚੇ ਨੇ ਖੁਸ਼ ਅਤੇ ਹੈਰਾਨ ਹੋ ਕੇ ਕਿਹਾ ਅੱਛਾ ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਹੀ ਬਣਾ ਦੇ। ਮੈਂ ਕਿਹਾ ਅਸਲ ਵਿੱਚ ਮੈਂ ਬੱਚਿਆਂ ਦਾ ਜਾਦੂਗਰ ਨਹੀਂ, ਮੈਂ ਵੱਡਿਆਂ ਦਾ ਜਾਦੂਗਰ ਹਾਂ। ਬੱਚੇ ਨੇ ਕੁਝ ਸੋਚ ਕੇ ਕਿਹਾ ਅੱਛਾ ਤਾਂ ਫਿਰ ਤੂੰ ਮੇਰੇ ਬਾਪੂ ਦੇ ਘਰ ਨੂੰ ਮਹਿਲ ਬਣਾ ਦੇ। ਆਖਰ ਹਾਰ ਕੇ ਮੈਂ ਕਿਹਾ ਕਿ ਮੈਂ ਅਸਲ 'ਚ ਚੀਜ਼ਾਂ ਦਾ ਜਾਦੂਗਰ ਨਹੀਂ, ਮੈਂ ਸ਼ਬਦਾਂ ਦਾ ਜਾਦੂਗਰ ਹਾਂ। ਬੱਚਾ ਕਹਿਣ ਲੱਗਾ ਅੱਛਾ ਤੂੰ ਪੋਇਟਾ ਹੈ ਪੋਇਟਾ। ਉਹ ਸਾਈਕਲ ਚਲਾਉਂਦਾ, ਹੱਥ ਹਿਲਾਉਂਦਾ, ਮੁਸਕਰਾਉਂਦਾ ਪਾਰਕ ਤੋਂ ਬਾਹਰ ਚਲਾ ਗਿਆ, ਅਤੇ ਦਾਖਲ ਹੋ ਗਿਆ ਮੇਰੀ ਇਸ ਕਵਿਤਾ ਵਿੱਚ। ਸੋ ਉੱਥੇ ਦਾ ਮੇਰਾ ਐਕਸਪੀਰੀਅੰਸ ਇਹ ਸੀ ਕਿ ਬੱਚੇ ਮੈਨੂੰ ਮਾਘੋ, ਉੱਥੇ ਜਾਦੂਗਰ ਨੂੰ ਕਹਿੰਦੇ ਮਾਘੋ, ਸੋ ਬਹੁਤ ਕਮਾਲ ਦਾ ਅਨੁਭਵ ਸੀਗਾ। ਤਾਂ ਉਹ ਵੀ ਮੈਂ ਉਸ ਕਿਤਾਬ 'ਚ ਲਿਖਿਆ, ਉਹਦਾ ਨਾਂ ਲਿਖਿਆ ਮੈਂ ਹੇ ਕਵਿਤਾ ਦੇ ਤੀਰਥ। ਉਹ ਤੀਰਥ ਐਂ ਸੀ ਵੀ ਉੱਥੇ ਬਹੁਤ ਗਿਣਤੀ 'ਚ ਲੋਕ ਕਵਿਤਾ ਸੁਣ, ਜਿੱਦਾਂ ਸਾਡੇ ਮਤਲਬ ਰੌਕ ਸਿੰਗਰਸ ਨੂੰ ਜਾਂ ਫੋਕ ਸਿੰਗਰਸ ਨੂੰ ਸੁਣਨ ਆਉਂਦੇ ਆ, ਇੱਦਾਂ ਉੱਥੇ ਕਵੀਆਂ ਨੂੰ ਸੁਣਨ ਲਈ ਲੋਕ ਆਉਂਦੇ ਸੀ। ਮੇਰੇ ਲਈ ਬਹੁਤ ਹੈਰਾਨੀ ਦੀ ਗੱਲ ਸੀ ਕਿ ਇੰਨੀ ਗਿਣਤੀ 'ਚ ਲੋਕ ਆਉਂਦੇ। ਅਤੇ ਮੈਂ ਜਦੋਂ ਮਿਆਮੀ ਏਅਰਪੋਰਟ 'ਤੇ ਸੀਗਾ ਅਤੇ ਮੈਨੂੰ ਮੈਂ ਮਤਲਬ ਰੋ ਰਿਹਾ ਸੀ ਐਕਚੁਅਲੀ ਕਿ ਵੀ ਇੱਕ ਉਸ ਦੇਸ਼ 'ਤੇ ਜਾਣੀ ਇੰਨੇ ਤੁਹਾਨੂੰ ਸੁਣਨ ਵਾਲੇ ਮਿਲਦੇ ਆ। ਮੈਂ ਉੱਥੇ ਕਵਿਤਾ ਪੜ੍ਹੀ ਸੀ ਜਿਹੜੀ ਮੇਰੀ ਮਾਂ ਨੂੰ ਮੇਰੀ ਕਵਿਤਾ, ਇੱਦਾਂ ਛੋਟੀ ਜਿਹੀ ਕਵਿਤਾ, ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ, ਉਹ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ, ਨੀਜ਼ ਲਗਾ ਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ, ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਨੇ, ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਾਇਆ, ਸ਼ਾਇਦ ਇੱਦਾਂ ਹੀ ਕੁਛ ਮੇਰੇ ਨੇੜੇ ਹੋਵੇ ਮੇਰਾ ਜਾਇਆ। ਤਾਂ ਉਹਦਾ ਜਦੋਂ ਸਪੈਨਿਸ਼ ਉਹਨਾਂ ਨੇ ਪੜ੍ਹਿਆ ਤਾਂ ਉਹ ਵੀ ਮੈਨੂੰ ਇੰਨੇ ਬੱਚੇ ਬਾਅਦ 'ਚ ਮਿਲੇ ਮੁੰਡੇ ਕੁੜੀਆਂ ਵੀ ਸਾਨੂੰ ਤੁਸੀਂ ਇਹ ਕਵਿਤਾ ਆਪਣੀ ਜਿਹੜੀ ਤੁਹਾਡੀ ਭਾਸ਼ਾ ਉਹ 'ਚ ਲਿਖ ਕੇ ਦਿਓ ਕਾਪੀ 'ਚ। ਸੋ ਇੱਕ ਤਾਂ ਮੈਨੂੰ ਲੱਗਿਆ ਵੀ ਕਿੰਨੀ ਦੂਰੋਂ ਹਰ ਜਗ੍ਹਾ ਹੀ ਇੱਕ ਮਾਂ ਵਾਲਾ ਜਜ਼ਬਾ ਵੀ ਇਹ ਕਿੱਥੇ ਬੈਠੇ, ਅਸੀਂ ਕਿੱਥੇ ਬੈਠੇ ਹਾਂ, ਕਿੱਥੇ ਕਵਿਤਾ ਲਿਖੀ ਗਈ, ਲੇਕਿਨ ਉਹ ਇੱਥੇ ਵੀ ਉਹਨੂੰ ਮਹਿਸੂਸ ਕਰ ਸਕਦੇ ਆ ਕਿ ਇੱਕ ਦੁਨੀਆ ਦੀ ਸਾਂਝ ਦਾ ਜਾਂ ਮਾਨਵਤਾ ਦੀ ਸਾਂਝ ਦਾ ਮੈਨੂੰ ਬਹੁਤ ਤੀਖਣ ਅਹਿਸਾਸ ਉਸ ਜਗ੍ਹਾ ਹੋਇਆ। ਅਤੇ ਦੂਜਾ ਵੀ ਅਸੀਂ ਕਿੰਨੇ ਵੱਖਰੇ ਵੀ ਹਾਂ ਕਿ ਮੈਂ ਇਹਨੂੰ ਜਾਦੂਗਰ ਲੱਗ ਰਿਹਾ ਵੀ ਅਸੀਂ ਵੱਖਰੇ ਵੀ ਹਾਂ ਸਾਰੇ ਮਾਨਵ, ਪਰ ਅਸੀਂ ਅੰਦਰੋਂ ਸਾਰੇ ਇੱਕੋ ਜਿਹੇ ਹਾਂ। ਬਿਲਕੁਲ, ਵੀ ਇੱਕ ਮਾਂ ਦਾ ਜਿਹੜਾ ਅਹਿਸਾਸ ਹਾਂ ਕਿ ਉਹ ਇੱਕ ਤਰ੍ਹਾਂ ਸਰਵ ਵਿਆਪਕ ਆ ਪੂਰੀ ਦੁਨੀਆ ਦੇ ਵਿੱਚ ਹੈ।
ਤੁਹਾਡੀ ਮੈਂ ਇਸ ਕਵਿਤਾ ਤੋਂ ਹੀ ਮੈਨੂੰ ਇੱਕ ਚੀਜ਼ ਯਾਦ ਆਈ ਕਿ ਤੁਸੀਂ 2 ਵਰਿਆਂ ਦੇ ਸੀ ਜਦੋਂ ਤੁਹਾਡੇ ਪਿਤਾ ਇਸ ਮੁਲਕ ਤੋਂ ਕਿਸੇ ਹੋਰ ਮੁਲਕ ਚਲੇ ਗਏ। ਉਦੋਂ ਦੀ ਯਾਦ ਨੂੰ ਤੁਸੀਂ ਇੱਕ ਕਵਿਤਾ ਦੇ ਵਿੱਚ ਕਲਮਬੰਦ ਕੀਤਾ ਜਿਹੜਾ ਬਹੁਤ ਸਾਰੇ ਲੋਕਾਂ ਨੇ ਬਾਅਦ 'ਚੋਂ ਅੱਜ ਤੱਕ ਵੀ ਉਸ ਕਵਿਤਾ ਨੂੰ ਪੜ੍ਹਿਆ ਜਾਂਦਾ। ਮੈਂ ਚਾਹੂੰਗੀ ਕਿ ਉਹਦੀਆਂ 2 ਸਤਰਾਂ ਤੁਸੀਂ ਜ਼ਰੂਰ ਸੁਣਾਓ। ਉਹ ਰੁਪਿੰਦਰ ਇੱਕ ਚਾਰ ਕੁ ਬੰਦ ਦਾ ਗੀਤ ਹੈ, ਲੇਕਿਨ ਮੈਂ ਇੱਕ ਬੰਦ ਜਿਹੜਾ ਉਹੀ ਖਾਸ ਤੁਸੀਂ ਕਹਿ ਰਹੇ ਨਾ ਕਿ ਉਹ ਮੈਂ ਤੁਹਾਨੂੰ ਸੁਣਾਉਣਾ ਕਿ ਸ਼ੁਰੂ ਹੁੰਦਾ ਸੀ ਕਿ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਤੋ ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ, ਕੱਚੀਆਂ ਸੀ ਕੰਧਾਂ, ਉਹਦਾ ਬੋੜਾ ਜਿਹਾ ਦਰ ਸੀ, ਅੰਮੀ ਮੇਰੀ ਚਿੰਤਾ ਅਤੇ ਬਾਪੂ ਮੇਰਾ ਡਰ ਸੀ। ਉਦੋਂ ਮੇਰੀ ਔਹਦ ਯਾਰੋ ਮਸਾਂ ਫੁੱਲ ਭਰ ਸੀ, ਜਦੋਂ ਦਾ ਸਾਡੇ ਨਾਲ ਖੁਸ਼ੀਆਂ ਨੂੰ ਵੈਰ ਹੈ। ਤੋ ਉਹ ਬੰਦ ਸੀਗਾ ਕਿ ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ, ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ, ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ, ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਅਤੇ ਹਨੇਰ ਸੀ, ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਸਰ ਤੁਸੀਂ ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਹਰ ਰੋਜ਼ ਇੱਕ ਕਿਤਾਬ ਪੜ੍ਹਦੇ ਹੋ ਨਾ, ਅਤੇ ਬਹੁਤ ਸਾਹਿਤ ਪੜ੍ਹ ਚੁੱਕੇ ਹੋ। ਇਹ ਮੈਂ ਕਾਲਜ ਦਿਨਾਂ 'ਚ ਜ਼ਰੂਰ, ਉਹ ਵੀ ਕਵਿਤਾ ਦੀ ਕਿਤਾਬ, ਵੀ ਮੈਂ ਕਵਿਤਾ ਦੀ ਕਿਤਾਬ ਲੈ ਜਾਣੀ ਅਤੇ ਉਹਨੂੰ ਪੜ੍ਹ ਕੇ ਫਿਰ ਦੂਏ ਦਿਨ ਉਹ ਸਿਰਫ ਇੱਕ ਕਿਤਾਬ ਹੀ ਮਿਲ ਸਕਦੀ ਸੀ, ਉਹ ਕਿਤਾਬਾਂ ਬਹੁਤੀਆਂ ਇਸ਼ੂ ਨਹੀਂ ਹੁੰਦੀਆਂ ਸੀਗੀਆਂ, ਸੋ ਉਸ ਲਈ ਇੱਕ ਇਹ ਉਦੋਂ ਮਜਬੂਰੀ ਵੀ ਹੁੰਦੀ ਸੀ ਅਤੇ ਇਹ ਉਦੋਂ ਦੀ ਗੱਲ। ਹਾਂਜੀ, ਤੁਹਾਡੀ ਹਰ ਕਵਿਤਾ ਹਰ ਕਿਤਾਬ ਆ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਾ ਕੀ ਰਚੋਂਗੇ ਕਿ ਜਿਹੜਾ ਫਿਰ ਤੋਂ ਇੱਕ ਵਾਰੀ ਲੋਕ ਕਥਾਵਾਂ ਵਰਗਾ ਬਣ ਜਾਏਗਾ? ਦੇਖੋ ਰੁਪਿੰਦਰ, ਇਹ ਤਾਂ ਪਤਾ ਹੁੰਦਾ ਕੁਦਰਤ ਨੂੰ ਕਿ ਕਿਸ ਚੀਜ਼ ਨੇ ਸ਼ਾਹਕਾਰ ਹੋਣਾ ਜਾਂ ਹੈ ਨਾ, ਪਰ ਮੈਂ 2 ਕਿਤਾਬਾਂ ਤਿਆਰ ਜ਼ਰੂਰ ਕਰ ਰਿਹਾ। ਇੱਕ ਤਾਂ ਮੇਰੀ ਸਾਰੀਆਂ ਜਿਹੜੀਆਂ ਇੱਕ ਭਾਸ਼ਾ ਬਾਰੇ ਕਵਿਤਾਵਾਂ ਨੇ ਸਾਰੀਆਂ, ਸ਼ਾਇਦ ਤੁਹਾਨੂੰ ਦੇਖਿਆ ਹੋਣ ਕਿ ਇੱਕ ਮਰ ਰਹੀ ਹੈ ਮੇਰੀ ਭਾਸ਼ਾ, ਇੱਕ ਕਵਿਤਾ ਸੀ, ਇੱਕ ਸੀ ਸ਼ਬਦ ਕੋਸ਼ ਦੇ ਬੂਹੇ, ਅਤੇ ਇੱਕ ਇਹਦੇ ਜਿਹੜੇ ਜੁਰਮਾਨੇ ਵਾਲੇ ਤੁਸੀਂ ਗੱਲ ਕੀਤੀ ਆ ਉਹਦੇ ਬਾਰੇ ਮੇਰੀ ਕਵਿਤਾ। ਸੋ ਉਹ ਸਿਰਫ ਭਾਸ਼ਾ ਵਾਲੀਆਂ ਹੀ, ਭਾਸ਼ਾ 'ਤੇ ਮੈਂ ਕਵਿਤਾਵਾਂ ਲਿਖੀਆਂ, ਭਾਸ਼ਾ ਦਾ ਕਿਸ ਤਰ੍ਹਾਂ ਉਤਪਤੀ ਹੋਈ, ਫਿਰ ਪੰਜਾਬੀ ਭਾਸ਼ਾ ਬਾਰੇ ਵੀ। ਤੋ ਇੱਕ ਤਾਂ ਮੇਰੀ ਉਹ ਪੁਸਤਕ ਹੋਊਗੀ ਅਗਲੇ ਸਾਲ, ਅਤੇ ਇੱਕ ਮੇਰੀ ਹੋਰ ਜੋ ਮੈਂ ਇਸ ਸਾਰੇ ਵਕਫੇ ਦੌਰਾਨ ਲਿਖੀ ਆ, ਤੋ ਉਹ 'ਚ ਵੀ ਮੈਂ ਕਾਫੀ ਦੇਰ ਤੋਂ ਮੇਰੀਆਂ ਕਵਿਤਾਵਾਂ ਪਈਆਂ। ਇਹ 2 ਪੁਸਤਕਾਂ ਮੈਂ ਛਾਪੂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ। ਸਰ ਬਹੁਤ ਜ਼ਿਆਦਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਚਾਹਵਾਂਗੇ ਕਿ ਜਿੰਨੇ ਹੁਣ ਤੱਕ ਤੁਹਾਨੂੰ ਪਾਠਕਾਂ ਨੇ ਪਿਆਰ ਦਿੱਤਾ, ਉਸ ਤੋਂ ਵੀ ਜ਼ਿਆਦਾ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਕਿਤਾਬਾਂ ਨੇ ਉਹਨਾਂ ਪ੍ਰਤੀ ਲੋਕਾਂ ਦਾ ਮੋਹ ਹੈ ਜਿਹੜਾ ਬਣੇ। ਜ਼ਰੂਰ ਤੁਸੀਂ ਭਾਸ਼ਾ ਦੇ ਉੱਤੇ ਜਿਹੜੀ ਕਿਤਾਬ ਲਿਖ ਰਹੇ ਹੋ, ਜਿਹੜੀ ਕਵਿਤਾ ਲਿਖ ਰਹੇ ਹੋ, ਉਹਨੂੰ ਪੜ੍ਹ ਕੇ ਲੋਕਾਂ ਦੇ ਜਿਹਨ ਦੇ ਵਿੱਚ ਪੰਜਾਬੀ ਮਾਂ ਬੋਲੀ ਹੈ ਜਿਹੜੀ, ਉਹਦੇ ਪ੍ਰਤੀ ਮੋਹ ਆ ਜਿਹੜਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੋ ਜਾਵੇ, ਅਤੇ ਸਾਡਾ ਜਿਹੜਾ ਇਹ ਕਾਰਜ ਆ ਸਾਨੂੰ ਹਮੇਸ਼ਾ ਸਫਲ ਲੱਗੇ ਕਿ ਅਸੀਂ ਸੱਚ 'ਚ ਹੀ ਤੁਸੀਂ ਕੁਛ ਭਾਸ਼ਾ ਲਈ ਕਰ ਸਕੇ ਹੋ। ਸਤਿ ਸ਼੍ਰੀ ਅਕਾਲ ਸਰ। ਤੋ ਰੁਪਿੰਦਰ, ਸਤਿ ਸ਼੍ਰੀ ਅਕਾਲ ਤੋਂ ਪਹਿਲਾਂ ਮੈਂ ਇੱਕ ਗੱਲ, ਮੈਂ ਜੋ ਤੁਹਾਡੀ ਤੁਸੀਂ ਭਾਸ਼ਾ ਬਾਰੇ ਵੀ ਗੱਲ ਕੀਤੀ, ਤਾਂ ਮੈਂ ਉਸ ਕਿਤਾਬ 'ਚ ਗੱਲ ਕੀਤੀ, ਮੈਂ ਕਿਹਾ ਕਿ ਕਵੀ ਜਾਂ ਇੱਕ ਸਾਹਿਤਕਾਰ ਦੁਨੀਆ ਤੋਂ ਜਾ ਰਿਹਾ ਸੀ ਤਾਂ ਉਹਨੂੰ ਕੁਛ ਸਿਸਕੀਆਂ ਦੀ ਆਵਾਜ਼ ਆਈ, ਤਾਂ ਉਹਨੇ ਪੁੱਛਿਆ ਵੀ ਉਹ ਕੌਣ ਸਿਸਕ ਰਿਹਾ, ਅਤੇ ਉਹ ਕਹਿਣ ਲੱਗੇ ਵੀ ਕਿਤਾਬਾਂ ਸਿਸਕ ਰਹੀਆਂ, ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਜਿਹੜੀਆਂ, ਕਹਿੰਦੇ ਕਿ ਹੁਣ ਤੇਰੇ ਬਾਅਦ ਸਾਨੂੰ ਕੌਣ ਪੜ੍ਹੇਗਾ, ਕਿ ਜੇ ਅਗਲੀ ਜਨਰੇਸ਼ਨ ਨਹੀਂ ਪੜ੍ਹੇਗੀ। ਸੋ ਅਗਲੀ ਪੁਸ਼ਤ ਕਿਤਾਬਾਂ ਪੜ੍ਹੇ, ਵਾਕਿਆ ਸਾਨੂੰ ਤੁਹਾਡੀਆਂ ਗੱਲਾਂ ਨੇ ਵੀ ਮੈਨੂੰ ਹੋਰ ਸੁਚੇਤ ਕੀਤਾ ਉਹ ਸਾਰੇ ਗੱਲ ਬਾਰੇ, ਔਰ ਮੇਰੇ ਮਨ 'ਚ ਵੀ ਆ ਕਿ ਸਾਨੂੰ ਜ਼ਰੂਰ ਸਾਰਿਆਂ ਨੂੰ ਰਲ ਕੇ ਪੰਜਾਬੀ ਪ੍ਰਤੀ ਹੋਰ ਸੁਚੇਤ ਹੋਣਾ ਪਊਗਾ, ਪੰਜਾਬੀ ਦੀ ਰਾਖੀ ਲਈ, ਪੰਜਾਬੀ ਦੀ ਰਾਖੀ ਲਈ ਲੇਖਕਾਂ ਨੇ ਵੀ ਬਹੁਤ ਕੰਮ ਕਰਨਾ, ਆਪਣਾ ਜੀ ਜਾਨ ਪਾਉਣਗੇ ਤਾਂ ਹੀ ਸਾਡੀਆਂ ਕਿਤਾਬਾਂ ਲੋਕ ਪੜ੍ਹਨਗੇ, ਔਰ ਸਰਕਾਰ ਨੇ ਵੀ ਕਰਨਾ ਔਰ ਵਿੱਦਿਅਕ ਅਦਾਰਿਆਂ ਨੇ ਵੀ ਕਰਨਾ, ਤੋ ਤਾਂ ਹੀ ਸਾਡੀਆਂ ਕਵਿਤਾਵਾਂ ਨੂੰ ਪੜ੍ਹਨ ਵਾਲੇ ਲੋਕ ਦੁਨੀਆ 'ਤੇ ਹੋਣਗੇ ਭਵਿੱਖ ਵਿੱਚ। ਤੋ ਸੋ ਮੈਂ ਵੀ ਤੁਹਾਡਾ ਬਹੁਤ ਸ਼ੁਕਰੀਆ ਕਰਦਾ, ਤੁਹਾਡਾ ਵੀ, ਤੁਹਾਡੇ ਚੈਨਲ ਦਾ, ਔਰ ਸਭ ਦਰਸ਼ਕਾਂ ਦਾ ਇਸ ਸਾਰੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ।